ਸਤਿ ਸ਼੍ਰੀ ਅਕਾਲ ਭਾਬੀ ਸਤਿ ਸ਼੍ਰੀ ਅਕਾਲ ਭੈਣ ਸਤਿ ਸ਼੍ਰੀ ਅਕਾਲ ਫਿਰ ਕਿਵੇਂ ਠੀਕ ਹੈ ਭੈਣ ਵਧੀਆ ਲੈ ਬੈਗ ਦੇਣ ਫੜਾ ਦੇ ਬੈਜਾ ਬੈਜਾ ਭੈਣ ਹੋਰ ਠੀਕ ਠਾਕ ਤੇ ਭੈਣੀ ਹਾਂ ਠੀਕ ਸੀ ਵਧੀਆ ਹੋਰ ਸੁਣਾ ਭੈਣੀ ਠੀਕ ਹੈ ਭਾਬੀ ਵਧੀਆ ਹੋਰ ਬੇਬੇ ਹੋਰੀ ਨਹੀਂ ਦਿੰਦੇ ਅੰਦਰ ਹੀ ਹੈ ਬੇਬੇ ਮੈਂ ਕਹਿ ਰਹੀ ਹਾਂ ਬੇਬੇ ਨੂੰ ਚਲੇ ਪਾਣੀ ਲੈ ਕੇ ਆਉਣੀ ਆ ਬੇਬੇ ਪੰਮੀ ਆਈ ਹੈ ਲਓ ਆ ਗਈ ਬੇਬੇ ਨਹੀਂ ਮੈਂ ਸਾਥ ਕੇ ਜਾਵਾਂ ਮੇਰੀ ਧੀ ਆ ਰਹੀ ਹੈ ਸਤਿ ਸ਼੍ਰੀ ਅਕਾਲ ਬੇਬੇ ਹਾਂ ਸਤਿ ਸ਼੍ਰੀ ਅਕਾਲ ਪੁੱਤ ਹੋਰ ਠੀਕ ਠਾਕ ਤੇ ਠੀਕ ਹੈ ਬੇਬੇ ਤੂੰ ਦੱਸ ਠੀਕ ਠਾਕ ਵਧੀਆ ਵਧੀਆ ਹੋਇਆ ਪੁੱਤ ਆ ਗਈ ਆਉਣਾ ਹੀ ਸੀ ਬੇਬੇ ਜੀ ਜਾ ਕਰੀ ਜਾਂਦਾ ਸੀ ਮੇਰਾ ਹੋਰ ਹੋਰ ਪੁੱਤ ਪੰਮੀ ਇਕੱਲੀ ਆਈ ਹੈ ਬਿੰਦਰ ਨਹੀਂ ਆਇਆ ਨਾਲ ਨਾ ਬੇਬੇ ਉਹਨੂੰ ਕੰਮ ਸੀ ਉਹ ਮੈਨੂੰ ਕਹਿੰਦਾ ਤੂੰ ਇਕੱਲੀ ਜਾਇਆ ਮੈਂ ਤਾਂ ਆਖਿਆ ਵੀ ਸੀ ਮਾਂ ਤੂੰ ਬਾਗ ਚੱਲ ਮੈਂ ਦੋ ਦਿਨ ਲਾ ਕੇ ਆਉਂਗੀ ਵੀ ਨਾਲ ਹੀ ਬਾਗ ਚੱਲ ਉਹ ਕਹਿੰਦਾ ਨਾ ਤੂੰ ਬਾਗ ਜਾ ਵੀ ਮੈਂ ਤਾਂ ਚਾਚੇ ਕੇ ਘਰੇ ਖਾ ਲੂੰਗਾ ਚੱਲ ਰੋਟੀ ਵੀ ਮੈਨੂੰ ਕੰਮ ਨੇ ਦੋ ਚਾਰ ਦਿਨ ਹੁਣ ਮੈਂ ਕਿਹਾ ਚੱਲ ਠੀਕ ਹੈ ਫਿਰ ਤੇਰੀ ਮਰਜ਼ੀ ਹੈ ਚੱਲ ਵਧੀਆ ਪੁੱਤ ਮੈਂ ਤਾਂ ਐਂ ਸੋਚਦੀ ਸੀ ਮਖਾਂ ਆਏਗੀ ਪਤਾ ਨਹੀਂ ਨਾ ਆਏ ਲੈ ਆਵਾਂ ਕਿਉਂ ਨਾ ਜਦੋਂ ਤੈਂ ਫੋਨ ਹੀ ਕਰਤਾ ਲੈ ਭੈਣ ਹੋਰ ਭਾਬੀ ਬਾਈ ਖੇਤ ਗਿਆ ਹੈ ਹਾਂ ਭੈਣੇ ਖੇਤ ਗਏ ਅੱਛਾ ਹੋਰ ਪੰਮੀ ਠੀਕ ਠਾਕ ਸੀ ਇੱਥੇ ਸਭ ਹਾਂ ਠੀਕ ਠਾਕ ਸੀ ਬਾਈ ਵਧੀਆ ਬਿੰਦਰ ਨਹੀਂ ਆਇਆ ਨਾਲ ਹੈ ਮੈਂ ਤਾਂ ਕਿਹਾ ਸੀ ਬਾਈ ਮੈਂ ਕਿਹਾ ਤੂੰ ਚੱਲ ਵੜ ਨਾਲ ਵੀ ਮੈਂ ਦੋ ਤਿੰਨ ਦਿਨ ਲਾ ਕੇ ਆਉਂਗੀ ਉਹ ਕਹਿੰਦਾ ਮੈਨੂੰ ਤਿੰਨ ਚਾਰ ਕੰਮ ਨੇ ਮੈਂ ਚਾਚੇ ਕੇ ਕਨੀ ਖਾ ਲਿਆ ਕਰੂੰਗਾ ਰੋਟੀ ਤੂੰ ਬਾਗ ਜਾ ਕਹਿੰਦਾ ਮੈਂ ਕਿਹਾ ਚੱਲ ਠੀਕ ਹੈ ਬਾਈ ਫਿਰ ਮੈਂ ਤਾਂ ਨਹੀਂ ਅੜਕਦੀ ਮੈਂ ਤਾਂ ਜਾਊਂਗੀ ਅੱਛਾ ਆ ਜਾਂਦਾ ਚੱਲ ਨਾ ਉਹ ਇਹ ਤਾਂ ਆਖਿਆ ਸੀ ਉਹ ਕਹਿੰਦਾ ਮੈਨੂੰ ਕੰਮ ਹੈ ਚੱਲ ਤੂੰ ਬਾਗ ਜਾ ਇਕੱਲੀ ਬਾਗ ਜਾ ਕਹਿੰਦਾ ਸੱਚ ਮੈਂ ਸੁਣਿਆ ਬੇਬੇ ਦਰਬਾਰੇ ਨੇ ਪੋਤਾ ਵਿਆਹ ਲਿਆ ਹੈ ਹਾਂ ਵਿਆਹ ਲਿਆ ਪੁੱਤ ਚੁੰਨੀ ਚੜਾ ਕੇ ਲਿਆਏ ਨੇ ਮੈਂ ਗਈ ਤੀ ਉਹਨਾਂ ਦੇ ਘਰੇ ਨਾਲੇ ਇੰਨੀ ਸੋਹਣੀ ਬਹੂ ਹੈ ਕੰਮ ਨੂੰ ਵੀ ਕਹਿੰਦੇ ਬਾਹਲੀਏ ਸੋਹਲੀ ਹੈ ਨਾਲੇ ਇੰਨੇ ਚੰਗੇ ਸੁਭਾਅ ਦੀ ਹੈ ਕਹਿੰਦੇ ਮੈਂ ਤਾਂ ਕਹਿੰਦੀ ਹਾਂ ਪਰਮਾਤਮਾ ਆਈਆਂ ਨੇ ਆਹ ਕਰ ਨੂੰਹਾਂ ਦੇਵੇ ਹਾਂ ਸਹੀ ਗੱਲ ਹੈ ਬੇਬੇ ਕਿਸ ਦੀ ਤਾਂ ਰੂਹ ਇਹੋ ਜਿਹੀ ਹੁੰਦੀ ਹੈ ਮਨ ਨੂੰ ਲੱਗ ਜਾਂਦੀ ਹੈ ਬਸ ਹੋਰ ਬਾਹਲੀ ਚੰਗੀ ਹੈ ਵਿਚਾਰੀ ਮੈਂ ਤੈਨੂੰ ਕਹੀ ਤਾਂ ਜਾਂਦੀ ਹਾਂ ਪੰਮੀ ਵੀ ਪਰਮਾਤਮਾ ਆਈਆਂ ਜਾਂ ਨੂੰਹਾਂ ਤਾਂ ਸਭ ਨੂੰ ਦੇਵੇ ਪਰ ਸਾਰਿਆਂ ਦੀ ਕਿਸਮਤ 'ਚ ਆਈਆਂ ਜਾਂ ਨੂੰਹਾਂ ਕਿੱਥੇ ਹੁੰਦੀਆਂ ਨੇ ਪੁੱਤ ਸਹੀ ਗੱਲ ਹੈ ਬੇਬੇ ਕਿਸਮਤ ਦੀ ਗੱਲ ਹੁੰਦੀ ਹੈ ਸਾਰੀ ਇਹ ਤਾਂ ਹੋਰ ਨਹੀਂ ਪੰਮੀ ਮੈਂ ਤਾਂ ਤੈਨੂੰ ਜਾਣ ਕੇ ਕਿਹਾ ਸੀ ਇਹਦੇ ਸਾਹਮਣੇ ਹਾਂ ਹਾਂ ਮੈਨੂੰ ਪਤਾ ਬੇਬੇ ਮੈਂ ਤੈਨੂੰ ਸਹੀ ਦੱਸਾਂ ਪੰਮੀ ਮੈਂ ਤਾਂ ਅੱਜ ਵੀ ਪਛਤਾਉਣੀ ਆ ਐਵੇਂ ਡੋਬ ਬੈਠੇ ਆਪਾਂ ਜੱਸੇ ਨੂੰ ਕਿਸੇ ਚੰਗੇ ਘਰੇ ਵਿਆਹਣਾ ਸੀ ਕੀ ਦਿੱਤਾ ਇਹਨਾਂ ਨੇ ਮਲੰਗਾਂ ਨੇ ਆਪਾਂ ਨੂੰ ਕੱਖ ਵੀ ਨਹੀਂ ਦਿੱਤਾ ਆਹ ਘਟੀਆ ਜਿਹਾ ਤਾਂ ਸਮਾਨ ਸੀ ਸਾਰਾ ਜਮੀ ਬੈੱਡ ਤਾਂ ਇਹਦੇ ਜਮੀ ਘਟੀਆ ਜੇ ਤੇ ਸੂਫੇ ਵੀ ਜਮੀ ਬੇਕਾਰ ਤੇ ਥੋੜੇ ਜਿਹੇ ਚਿਰਾਂ 'ਚ ਟੁੱਟ ਗਏ ਕੂਲਰ ਵੀ ਜਮੀ ਜਾਲੀ ਜੀ ਕੋਪਣੀ ਦਾ ਤੀ ਬਾਲੀ ਕਜੂਸੀ ਕਰੀ ਮਲੰਗਾਂ ਨੇ ਨਾਲੇ ਸਾਰਾ ਕੁਛ ਸੀ ਉਹਨਾਂ ਦੇ ਘਰੇ ਹਾਂ ਹਾਂ ਬੇਬੇ ਪਤਾ ਮੈਨੂੰ 4 ਕਿੱਲੇ ਜ਼ਮੀਨ ਦੇ ਸੀ ਇਹਦੇ ਪਿਓ ਕੋਲੇ ਕਿਹੜੇ ਦੇ ਵਾਲੇ ਪਾਈ ਸੀ ਕੱਲਾ ਤਾਂ ਪਾਈ ਆ ਇਹਦੇ ਜੇ ਚਾਹੁੰਦੇ ਵਧੀਆ ਵਿਆਹ ਕਰ ਸਕਦੇ ਸੀ ਤਾਂ ਹੀ ਤਾਂ ਮੈਨੂੰ ਗੁੱਸਾ ਚੜਦਾ ਹੈ ਬਾਲੀ ਮਾੜੀ ਕਰੀਏ ਆਪਣੇ ਨਾਲ ਹਾਂ ਬੇਬੇ ਮਾੜੀ ਤਾਂ ਕਰੀਏ ਫਿਰ ਹੁਣ ਕੀ ਕਰਿਆ ਜਾ ਸਕਦਾ ਹੁਣ ਤਾਂ ਬਥੇਰੇ ਸਾਲ ਲੰਘ ਗਏ ਹੁਣ ਉਜੜੀਆਂ ਖੱਡਾਂ 'ਚ ਹੱਥ ਮਾਰਨ ਦਾ ਕੀ ਫਾਇਦਾ ਉਹ ਤਾਂ ਤੇਰੀ ਸਹੀ ਗੱਲ ਹੈ ਪੁੱਤ ਗੱਲ ਕਰ ਵੀ ਹੁਣ ਮੇਰਾ ਮਨ ਨਹੀਂ ਮਿਲਿਆ ਜਿੱਦਣ ਦੀ ਇਹ ਆਈ ਹੈ ਇਹਦੇ ਨਾਲ ਤੈਨੂੰ ਪਤਾ ਹੈ ਮੈਂ ਤਾਂ ਆਉਂਦੀ ਹੋਈ ਦੱਬ ਲਈ ਤੀ ਇਹ ਮਹਾਂ ਜੇ ਨਾ ਦੱਬੀ ਫਿਰ ਇਹ ਤਾਂ ਅਗਲੇ ਨੂੰ ਦਬਾ ਲੈਂਦੀਆਂ ਨੇ ਇਹ ਗੱਲ ਤਾਂ ਬਣੀ ਆਈ ਹੈ ਸਹੀ ਗੱਲ ਹੈ ਬੇਬੇ ਤੇਰੀ ਇਹੀ ਗੱਲ ਤਾਂ ਮੈਨੂੰ ਸਿਖਾਈ ਸੀ ਵੀ ਜਾਂਦੀ ਹੋਈ ਆਪਦੀ ਸੱਸ ਤੇ ਰੋਪ ਪਾ ਲਈ ਜੇ ਉਹਨੇ ਤੇਰੇ ਤੇ ਰੋਪ ਪਾ ਲਿਆ ਫਿਰ ਸਾਰੀ ਉਮਰ ਤੈਨੂੰ ਉਹਦੀ ਗੁਲਾਮੀ ਕਰਨੀ ਪਊਗੀ ਫਿਰ ਬੇਬੇ ਮੈਂ ਤਾਂ ਤੇਰੇ ਵਾਲੇ ਹੀ ਨੁਕਸਾ ਵਰਤਿਆ ਮੈਂ ਤਾਂ ਜਾਂਦੀ ਨਹੀਂ ਦਬਾ ਲਈ ਆਪਦੀ ਸੱਸ ਤੇ ਫਿਰ ਮੈਂ ਤੈਨੂੰ ਕੋਈ ਮਾੜੀ ਗੱਲ ਤਾਂ ਨਹੀਂ ਕਹੀ ਤੀ ਮੈਂ ਸਹੀ ਗੱਲ ਕਹੀ ਤੀ ਮੈਨੂੰ ਪਤਾ ਤੀ ਇਹ ਗੱਲ ਦਾ ਹਾਂ ਸਹੀ ਗੱਲ ਹੈ ਬੇਬੇ ਤੇਰੀ ਚੱਲ ਹੁਣ ਤਾਂ ਮੇਰੀ ਸੱਸ ਵਿਚਾਰੀ ਨਹੀਂ ਰਹੀ ਇਸ ਦੁਨੀਆ 'ਚ ਪਰ ਜਿੰਨਾ ਤੱਕ ਜਿਉਂਦੀ ਰਹੀ ਹੈ ਉਹਦੀ ਐ ਮਜਾਲ ਨਹੀਂ ਸੀ ਵੀ ਮੈਨੂੰ ਕਿਸੇ ਗੱਲ 'ਚ ਟੋਕ ਜੂਗੀ ਵੀ ਤੂੰ ਆਹ ਨਹੀਂ ਕਰਿਆ ਉਹ ਨਹੀਂ ਕਰਿਆ ਜੇ ਮੈਂ ਕੋਈ ਕੰਮ ਨਾ ਕਰਦੀ ਆਪੇ ਉੱਠ ਕੇ ਕਰ ਲੈਂਦੀ ਹਾਂ ਫਿਰ ਸਹੀ ਗੱਲ ਹੈ ਇੱਧਰ ਇਹਦੀ ਕੀ ਮਜਾਲ ਹੈ ਵੀ ਮੇਰੇ ਸਾਹਮਣੇ ਖੁਸ਼ਕ ਜੂਗੀ ਇੱਧਰ ਮੈਂ ਨਹੀਂ ਇਹਨੂੰ ਖੁਸ਼ਕਣ ਦਿੰਦੀ ਤੱਕੜੇ ਵਾਂਗੂ ਸਿੱਧੀ ਕਰੀ ਹੋਈ ਹੈ ਜਮਾਂ ਠੀਕ ਹੈ ਬੇਬੇ ਫਿਰ ਹਾਂ ਮੈਂ ਤਾਂ ਉਹਨੂੰ ਵੀ ਨਹੀਂ ਕੁਸਕਣ ਦਿੰਦੀ ਜੱਸੇ ਨੂੰ ਜੇ ਕਿਤੇ ਮੈਨੂੰ ਲੱਗੇ ਵੀ ਉਹਦਾ ਪੱਖ ਜਾ ਕਰਦਾ ਮੈਂ ਤਾਂ ਉਹਨੂੰ ਵੀ ਪੈ ਜਾਣੀ ਆ ਭੱਜ ਕੇ ਫਿਰ ਮੇਰੇ ਮੂਹਰੇ ਡਰਦਾ ਸਾਹ ਨਹੀਂ ਕੱਢਦਾ ਠੀਕ ਹੈ ਬੇਬੇ ਫਿਰ ਇੰਨੇ 'ਚ ਉਹ ਭਾਬੀ ਦੇ ਮਾਂਗਰ ਨਹੀਂ ਲੱਗੂ ਨਾਲੇ ਉਹਨੂੰ ਵੀ ਪਤਾ ਲੱਗ ਜੂ ਹਾਂ ਫਿਰ ਡਰ ਬਣਿਆ ਠੀਕ ਰਹਿੰਦਾ ਸਮਾਂ ਹਾਂ ਫਿਰ ਸਹੀ ਗੱਲ ਹੈ ਬੇਬੇ ਤੇਰੀ ਆਹ ਦੇਖ ਲਓ ਬੇਬੇ ਪਤਾ ਨਹੀਂ ਮੈਨੂੰ ਕਿਉਂ ਨੀਮਾ ਦਿਖਾਉਂਦੀ ਰਹਿੰਦੀ ਹਰ ਟਾਈਮ ਮੈਂ ਪਰਾਂ ਝਾੜ ਬੁਲਾਈ ਜਾਵਾਂ ਬੇਬੇ ਤੇ ਪੰਮੀ ਬੈਠੀਆਂ ਤੀਆਂ ਚੱਲ ਮੈਂ ਆਖਾਂ 100 ਗੱਲਾਂ ਕਰਦੀਆਂ ਹੋਣਗੀਆਂ ਆਉਂਦੀਆਂ ਗੱਲ ਪਤਾ ਇਹਨਾਂ ਨੂੰ ਕੀ ਛੇੜੀ ਪੰਮੀ ਭੈਣ ਨੇ ਛੇੜ ਲਈ ਚਲੋ ਤਾਂ ਛੇੜ ਨਹੀਂ ਹੋਤੀ ਗਈ ਕਹਿੰਦੀ ਦਲਵਾਰੇ ਨੇ ਪੋਤਾ ਵਿਆਹ ਲਿਆ ਬੇਬੇ ਕਹਿੰਦੀ ਹਾਂ ਵਿਆਹ ਲਿਆ ਬਥੇਰੀ ਸੋਹਣੀ ਸੁਨੱਖੀ ਬਹੂ ਆ ਨਾ ਤਾਂ ਪੁੱਤ ਨੂੰ ਆਈ ਹੈ ਬਣਾਈ ਸੁਨਰੀ ਹੈ ਕਹਿੰਦੀ ਕੰਮਾਂ ਦੀ ਬਾਹਲੀ ਉਹ ਸੋਹਲੀ ਹੈ ਕਹਿੰਦੀ ਬਾਹਲੀ ਚੰਗਾ ਸੁਭਾਅ ਹੈ ਕਹਿੰਦੀ ਇਹੀ ਜੇ ਨੂੰ ਹਾਂ ਤਾਂ ਰੱਬ ਘਰ ਦੇਵੇ
ਫਿਰ ਕਹਿੰਦੀ ਕਿੱਥੇ ਆਈਆਂ ਇਹ ਨੂਹਾਂ ਕਿਸਮਤ ਤੇਰੀਆਂ ਪਈਆਂ ਨੇ ਇਹ ਦੇਖਦੀ ਚ ਦੇਖ ਲੈ ਗੱਲ ਕਿੱਧਰੋਂ ਕਿੱਧਰ ਨੂੰ ਗਈ ਚੱਲ ਕੋਈ ਨਾ ਯਾਰ ਤੂੰ ਅਣਗੌਲਿਆ ਕਰ ਦਿਆ ਕਰ ਬੇਬੇ ਦੀ ਤਾਂ ਆਦਤ ਹੈ ਤੈਨੂੰ ਪਤਾ ਚੱਲ ਆਦਤ ਹੈਗੀ ਹੈ ਮੈਨੂੰ ਤਾਂ ਬੇਬੇ ਦੀ ਇਹ ਨਹੀਂ ਸਮਝ ਲੱਗਦੀ ਮੈਂ ਬੇਬੇ ਦਾ ਕੀ ਮਾੜਾ ਕਰਤਾ ਮੈਨੂੰ ਕਿਸੇ ਕੋਲੇ ਨਹੀਂ ਜ਼ਿੰਦਗੀ 'ਚ ਸਲਾਹਿਆ ਹੈਗਾ ਬਸ ਨਿੰਦੀ ਨਿੰਦਿਆ ਕਰੀ ਜਾਂਦੀ ਹਰੇਕ ਕੋਲੇ ਮੇਰੀ ਜੇ ਮੈਂ ਬੇਬੇ ਦੀ ਸੇਵਾ 'ਚ ਕਸਰ ਛੱਡੀ ਹੋਵੇ ਕਦੇ ਫਿਰ ਵੀ ਬੰਦਾ ਕਹਿ ਦੇ ਮੈਂ ਤਾਂ 24 ਘੰਟੇ ਆਲੇ ਦੁਆਲੇ ਘੁੰਮਦੀ ਰਹਿੰਦੀ ਹਾਂ ਵੀ ਬੇਬੇ ਚਾਹ ਪੀ ਲੈ ਰੋਟੀ ਖਾ ਲੈ ਆ ਲਿਆਵਾਂ ਵਾਹ ਲਿਆਵਾਂ ਕਦੇ ਫਲ ਫਰੂਟ ਲਿਆਵਾਂ ਹੈ ਤਾਂ ਵੀ ਕਦਰ ਨਹੀਂ ਕਰਦੀ ਇਹ ਤਾਂ ਬੰਦਾ ਕਦਰ ਤਾਂ ਕਰੇ ਯਾਰ ਕੰਮ ਕਰੇ ਦੀ ਚੱਲ ਕੋਈ ਨਾ ਚੱਲ ਕੋਈ ਗੱਲ ਨਹੀਂ ਯਾਰ ਬੇਬੇ ਦੀ ਆਦਤ ਹੈ ਮੈਂ ਤੈਨੂੰ ਕਹੀ ਤਾਂ ਯਾਰ ਨਾ ਤੂੰ ਹੀ ਅਣਗੌਲਿਆ ਕਰ ਦਿਆ ਕਰ ਹੋਰ ਚੱਲ ਬੇਬੇ ਹੀ ਤਾਂ ਆਦਤ ਹੈ ਆਪਾਂ ਨਹੀਂ ਬਦਲ ਸਕਦੇ ਘੱਟੋ ਘੱਟ ਪੰਮੀ ਭੈਣ ਨੂੰ ਤਾਂ ਸਮਝਣਾ ਚਾਹੀਦਾ ਹੈ ਉਹਨੂੰ ਤਾਂ ਆਪਦੀ ਆਦਤ ਬਦਲ ਲੈਣੀ ਚਾਹੀਦੀ ਹੈ ਉਹ ਵੀ ਬੇਬੇ ਦੇ ਨਾਲ ਹੀ ਰਲ ਜਾਂਦੀ ਹੈ ਚੱਲ ਕੋਈ ਨਾ ਯਾਰ ਇਹ ਸਾਰੀਆਂ ਚੀਜ਼ਾਂ ਦਾ ਨਾ ਇੱਕੋ ਹੀ ਗੱਲ ਲੈ ਸੁਖਪਾਲ ਮੈਂ ਤੈਨੂੰ ਕਹੀ ਤਾਂ ਜਾਂਦਾ ਵੀ ਤੂੰ ਅਣਗੌਲਾ ਹੀ ਕਰ ਦਿਆ ਕਰ ਬਸ ਆਪਦੇ ਕੰਮ 'ਚ ਹੀ ਮਸਤ ਰਿਹਾ ਕਰ ਮੈਂ ਤਾਂ ਬਥੇਰਾ ਰਹਿੰਦੀ ਹਾਂ ਕੰਮ 'ਚ ਮਸਤ ਕੀ ਕਰਾਂ ਪਰ ਦਿਲ ਨਹੀਂ ਮੰਨਦਾ ਇਹਨੂੰ ਤਾਂ ਠੇਸ ਲੱਗ ਜਾਂਦੀ ਹੈ ਜਿਹੜੇ ਚੰਗੇ ਭਲੇ ਬੰਦੇ ਨੂੰ ਕੋਈ ਮਾੜਾ ਬਣਾਵੇ ਮੈਂ ਸਮਝ ਸਕਦਾ ਸੁਖਪਾਲ ਜੇ ਹੁਣ ਬੇਬੇ ਨੂੰ ਕੁਛ ਕਹਾਂਗੇ ਫਿਰ ਗੱਲ ਪੈ ਜਾਂਦੀ ਹੈ ਮੂਹਰੋਂ ਬਸ ਇਹਦਾ ਤਾਂ ਹੁਣ ਇੱਕੋ ਹੀ ਹੱਲ ਹੈ ਬਸ ਤੂੰ ਚੁੱਪ ਹੀ ਰਹਿ ਹੋਰ ਤਾਂ ਕੋਈ ਹੈ ਨਹੀਂ ਮੈਂ ਤਾਂ ਚੁੱਪ ਹੀ ਰਹਿੰਦੀ ਹਾਂ ਮੈਂ ਤਾਂ ਕੀ ਕਹਿਣੀ ਹਾਂ ਸਹਿਣੀ ਵਾਲਾ ਔਖਾ ਹੋ ਜਾਂਦਾ ਸਹਿਣ ਸ਼ਕਤੀ ਵੀ ਬੰਦੇ ਦੀ ਟਾਈਮ ਨਾਲ ਘੱਟ ਜਾਂਦੀ ਹੈ ਕੀ ਕਰੇ ਕੋਈ ਹੈ ਮੈਂ ਸੋ ਤੋਂ ਬਿਨਾਂ ਦੁੱਖ ਸੁੱਖ ਵੀ ਹੋਰ ਕਿਹਦੇ ਕੋਲ ਕਰੂੰਗੀ ਫਿਰ ਤੁਹਾਡੇ ਸਾਹਮਣੇ ਤੁਹਾਨੂੰ ਪਤਾ ਹੀ ਹੈ ਆਪਾਂ ਜਵਾਕ ਕਿਵੇਂ ਪਾਲੇ ਨੇ ਬੇਬੇ ਨੇ ਮਾੜੀ ਮੋਟੀ ਮਦਦ ਕਰੀ ਹੈ ਜਵਾਕ ਪਾਲਣ 'ਚ ਵੀ ਸਾਂਭ ਸਮਾਈ ਕਰਾ ਦਿਆ ਕਰਾਂ ਉੱਧਰ ਮੈਨੂੰ ਡੰਗਰ ਵੱਛੇ ਦਾ ਵੀ ਹੁੰਦਾ ਰੋਟੀ ਟੁੱਕ ਦਾ ਵੀ ਹੁੰਦਾ ਗੋਹੇ ਕੂੜੇ ਦਾ ਵੀ ਹੁੰਦਾ ਸਾਰਾ ਕੰਮ ਕਰਕੇ ਮੈਂ ਫੇਰ ਜਵਾਕ ਪਾਲੇ ਨੇ ਬੇਬੇ ਜਮਾਂ ਨੇ ਸੋਚਦੀ ਤੀ ਵੀ ਜਵਾਕ ਨਿਆਣੇ ਦੋਨੇ ਉੱਤਥਲੀ ਦੇ ਨੇਗੇ ਵੀ ਇਹਨੂੰ ਸਾਹਮਣਾ ਕੰਮ ਨਾ ਔਖਾ ਹੋ ਜੂਗਾ ਹੈ ਦੇਖ ਲੈ ਪੰਮੀ ਕੋਲੇ ਵਗ ਜਾਂਦੀ ਕਿੰਨੇ ਕਿੰਨੇ ਦਿਨ ਨਹੀਂ ਮੁੜਦੀ ਤੀ ਹੋਰ ਉਹੀ ਤਾਂ ਗੱਲ ਹੈ ਮੈਂ ਕਹਿੰਦੇ ਹੀ ਹੁੰਦਾ ਤੀ ਬੇਬੇ ਨੂੰ ਵੀ ਬੇਬੇ ਜਵਾਕ ਨਿਆਣੇ ਆ ਮੈਂ ਕਿਹਾ ਤੂੰ ਕਰਾ ਦਿਆ ਕਰ ਮਾੜਾ ਮੋਟਾ ਕੰਮ ਧੰਦਾ ਕਰਨਾ ਹੁੰਦਾ ਕੰਮ ਵੱਧ ਜਾਂਦਾ ਜਵਾਕ ਨਾਲ ਪਰ ਨਾ ਸੁਣਦੀ ਨਹੀਂ ਤੀਗੀ ਕਹਿੰਦੀ ਨਾ ਮੈਂ ਤਾਂ ਪੰਮੀ ਕੋਲੇ ਜਾਂਦੀ ਹਾਂ ਕਦੇ ਨਹੀਂ ਸੁਣੀ ਤੇਨੇ ਤਾਂ ਹੋਰ ਬੇਬੇ ਕਿੱਥੇ ਸੁਣਦੀ ਤੀ ਆਪਣੀ ਹੈਰੀ ਨੂੰ ਵੀ ਪਾਪ ਪਾਲਿਆ ਹਰਮਨ ਨੂੰ ਵੀ ਪਾਪ ਪਾਲਿਆ ਹੈ ਬੇਬੇ ਤਾਂ ਇੱਕ ਦਿਨ ਆਪਣੇ ਕੋਲੇ ਚਾਰ ਦਿਨ ਪੰਮੀ ਕੋਲੇ ਬੇਬੇ ਨੇ ਤਾਂ ਸੋਚੀ ਨਹੀਂ ਘਰ ਬਾਰੇ 'ਚ ਚਲੋ ਛੱਡੋ ਆਪਾਂ ਹੀ ਬੀਤੀਆਂ ਗੱਲਾਂ ਲੈ ਕੇ ਬਹਿ ਗਏ ਜਦੋਂ ਸੋਚ ਹੀ ਲਿਆ ਇਹਨਾਂ ਨੇ ਵੀ ਮੈਨੂੰ ਮਾੜਾ ਕਹਿਣਾ ਹੀ ਕਹਿਣਾ ਚੰਗਾ ਤਾਂ ਕਹਿਣਾ ਹੀ ਨਹੀਂ ਹੈਗਾ ਚੱਕਾ ਚੱਕਾ ਠੀਕ ਹੈ ਹਜੇ ਭੁੱਖੀ ਤੂੰ ਹੁਣ ਤਾਂ ਦੁੱਧਾ ਕੋਲਾ ਪੀ ਕੇ ਵਰਦੀ ਹੈ ਪੈਰਾਂ ਤੇ ਤਾਂ ਅੱਛਾ ਛੱਡਿਆ ਉਹਨੇ ਬੀਬੀ ਮੋਟਰਸਾਈਕਲ ਸਾਡਾ ਉੱਥੇ ਖੜਾ ਵਾ ਆ ਜੀ ਤੂੰ ਚੰਗਾ ਹਾਂ ਜੀ ਬੁੱਤ ਜ਼ਰੂਰ ਆਉਂਗੇ ਚੰਗਾ ਭਾਬੀ ਠੀਕ ਹੈ ਫਿਰ ਆ ਜਾ ਭਾਈ ਫਿਰ ਬਸ ਚੜਾ ਕੇ ਆਇਓ ਹਾਂ 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 ਕਈ ਵਾਰੀ ਆ 52 ਸਵਾਰੀਆਂ ਚੱਕਰ ਜਾ ਪੈ ਰਹੇ ਨਾ ਕੋਈ ਨਾ ਕੋਈ ਤੇ ਕੱਪੜੇ ਲਾ ਹੀ ਲੈਣੀ ਆ ਸੁੱਕੇ ਪਏ ਨੇ ਅਜੇ ਗਿੱਲੇ ਪਏ ਨੇ ਵਿੱਚ ਵਿੱਚ ਹੁਣ ਤਾਂ ਬਸ ਆ ਮੋਟੇ ਜਿਹੇ ਕੱਪੜੇ ਸਾਰੇ ਸਾਹਮਣੇ ਪੈਣਗੇ ਹੁਣ ਤਾਂ ਬੁਰੇ ਲੱਗਣ ਲੱਗ ਜਾਣਗੇ ਚਾਰ ਕੁ ਦਿਨਾਂ ਹੋਰ ਕਰੜੀ ਧੁੱਪ ਹੈ ਜੱਸੇ ਮੈਂ ਆਪਣੀ ਪੰਮੀ ਕੋਲੇ ਜਾਨੀ ਆ ਕੱਲ ਨੂੰ ਆ ਜਾਊਂਗੀ ਅੱਛਾ ਚੱਲ ਕੋਈ ਨਾ ਜਾਇਆ ਬੇਬੇ ਚੱਲ ਹੋ ਖੜਾ ਫਿਰ ਮੈਨੂੰ ਬਸ ਚੜਾ ਕੇ ਆ ਮੋਟਰਸਾਈਕਲ ਚੱਕ ਲੈ ਆ ਜਾ ਚੜਾ ਆਇਆ ਨਾ ਮੋਟਰਸਾਈਕਲ ਉਧਰ ਖੜਾ ਆਪਣਾ ਚੱਲ ਬੇਬੇ ਲਿਆਉਣਾ ਮੈਂ ਮੋਟਰਸਾਈਕਲ ਕੱਢ ਕੇ ਹੈ ਆ ਵੀ ਗਏ ਤੁਸੀਂ ਹਾਂ ਮਿਲ ਗਈ ਤੇ ਬਸ ਹਾਂ ਬਸ ਤਾਂ ਉਹਦੀ ਆ ਗਈ ਤੇ ਠੀਕ ਹੈ ਮੈਂ ਕੋਈ ਚੜਾ ਕੇ ਆਇਆ ਤੂੰ ਕੀ ਕਰਦੀ ਫਿਰਦੀ ਇੱਧਰ ਮੈਂ ਇੱਧਰ ਗੋਹਾ ਡੇਗਣ ਵਗੀ ਤੀ ਅੱਛਾ ਬਸ ਤਾਂ ਆ ਗਈ ਤੀ ਸਰਕਾਰੀ ਉਹਦੀ ਆ ਗਈ ਤੀ ਮੈਂ ਬਸ ਤਾਂ ਅੱਛਾ ਚਲ ਟਾਈਮ ਨਾਲ ਪਹੁੰਚ ਜੂਗੀ ਬਸ ਤਾਂ ਮਿਲ ਗਈ ਤੀ ਸਰਕਾਰੀ ਆ ਗਈ ਨਾਲੇ ਅੱਛਾ ਚਲ ਮੈਂ ਤਾਂ ਐਂ ਕਹਿਣਾ ਮੈਂ ਦੇਖ ਲੈ ਪੰਮੀ ਨੂੰ ਗਈ ਨੂੰ ਤਾਂ ਚਾਰ ਕੁ ਦਿਨ ਹੀ ਹੋਏ ਨੇ ਅਜੇ ਹਾਂ ਅੱਜ ਹੀ ਉਹਦੇ ਕੋਲ ਚੱਲ ਪਈ ਬੇਬੇ ਕੀ ਕਹਿ ਸਕਦੇ ਆ ਅਸੀਂ ਕਹਿਣਾ ਮੈਂ ਬੇਬੇ ਦੀ ਤਾਂ ਉਹੀ ਆਦਤ ਹੈ ਅਜੇ ਵੀ ਹੁਣ ਤੁਸੀਂ ਦੇਖ ਲਿਓ ਕੱਲ ਤਾਂ ਕਹਿ ਕੇ ਗਈ ਹੈ ਹਫਤਾ ਨਹੀਂ ਮੁੜਦੀ ਪੂਰਾ ਉਹ ਤਾਂ ਪਤਾ ਹੀ ਹੈ ਚਲ ਕੋਈ ਨਾ ਬੇਬੇ ਦਾ ਜੀ ਨਹੀਂ ਲੱਗਦਾ ਨਾ ਉਰੇ ਭੈਣ ਕੋਲ ਜੀ ਲੱਗਦਾ ਹੋਰ ਉੱਥੇ ਵੱਧ ਲੱਗਦਾ ਅਸੀਂ ਇਹਦਾ ਤਾਂ ਚਲ ਕੋਈ ਨਾ ਪਾਣੀ ਪਿਆ ਦੇ ਫਿਰ ਮੈਂ ਹਾਂ ਹਾਂ ਡੰਗਰਾਂ ਨੂੰ ਪਾਣੀ ਪਿਆ ਦੋ ਮੈਂ ਵੀ ਕੰਮ ਧੰਦਾ ਕਰ ਲੈਣੀ ਆ ਆਜ ਦੇ ਵੀ ਸੰਗਲ ਪਾਈਏ ਕੱਟੀ ਜੀ ਦੇ ਹਾਂ ਸੰਗਲ ਪਾਉਣਾ ਪਊਗਾ
सदा ही अमर रहूगा बेचारा है ता। आज पड़ी सस्का पब सस्का और के में हाँ बढ़िया सस्का भाई बैठ भाई मैं ले नहीं कुर्सी खड़ जा भाई मैं कुर्सी लेनी ले छोड़ दे होर भाई ठीक ठाक थे पिंड सारे हाँ ठीक ठाक होर पहने जाहे जले ठीक थे हाँ ठीक ठाक तुसी दसो हाँ पहने साढ़े भी ठीक ठाक ने सारे चल बढ़िया असी भी सुनया रहे आए सी मानसा पम्मी भैन को बागी हो जस्सा भाई खेत होगा मेन लगता पानी पुनी ला इधर जन होके बैठे भाने सराने कने इन्हें जीत बैठी है ਪੂਆ ਦਿੰਦੀ ਨਹੀਂ ਭੈਣ ਕਿੱਧਰ ਗਈ ਹੈ ਉਹ ਪੰਮੀ ਭੈਣ ਕੋਲ ਗਈ ਹੋਈ ਆਪਣੇ ਹਫ਼ਤਾ ਹੋ ਗਿਆ ਅੱਛਾ ਮੈਂ ਵੀ ਕਹੀ ਜਾਂਦੀ ਸੀ ਇਹਨਾਂ ਨੂੰ ਐਵੇਂ ਨਹੀਂ ਲੱਗਦਾ ਪੰਮੀ ਕੋਲ ਗਈ ਹੋਈ ਹਾਂ ਨਾ ਜੱਸਾ ਬਾਈ ਦਿੰਦਾ ਉਹ ਭੈਣ ਪਿੰਡ 'ਚ ਗਿਆ ਹੋਇਆ ਬਸ ਆਉਣ ਵਾਲੀ ਹੈਗਾ ਅੱਛਾ ਅੱਛਾ ਹਾਂ ਹੋਰ ਸੁਣਾਓ ਠੀਕ ਠਾਕ ਸੀ ਉੱਥੇ ਸਾਰੇ ਹਾਂ ਬਾਈ ਸਾਰੇ ਠੀਕ ਠਾਕ ਤੁਸੀਂ ਦੱਸੋ ਵਧੀਆ ਵਧੀਆ ਸੀ ਵੀ ਵਧੀਆ ਹੋਰ ਪੱਲੇ ਕਣਕ ਵਧੀਆ ਖੜੀ ਹੈ ਹਾਂ ਬਾਈ ਵਧੀਆ ਖੜੀ ਹੈ ਪ੍ਰਮਾਤਮਾ ਦੇ ਹੁਕਮ ਨਾਲ ਚੜਦੀ ਕਲਾ ਚ ਤੂੰ ਦੱਸ ਕਿਵੇਂ ਵਧੀਆ ਬਾਈ ਆਪਣਾ ਵੀ ਵਧੀਆ ਉਹਦੀ ਮਿਹਰ ਨਾਲ ਚੱਲੀ ਜਾਂਦਾ ਗੁਜ਼ਾਰਾ ਚਲੋ ਵਧੀਆ ਬਾਈ ਉਸੇ ਦੀ ਮਿਹਰ ਹੋਣੀ ਚਾਹੀਦੀ ਹੈਗੀ ਹੈ ਹਾਂ ਹਾਂ ਨਾ ਵਧੀਆ ਕਰ ਤਾਂ ਹੈ ਹੀ ਹਾਂ ਉਸੇ ਦੀ ਮਿਹਰ ਨਾਲ ਹੀ ਹੈ ਸਾਰਾ ਕੁਝ ਹਾਂ 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 ਬਾਕੀ ਗੱਲ ਹੁੰਦੀ ਹੈ ਬਾਈ ਤੰਦਰੁਸਤੀ ਦੀ ਬੰਦਾ ਤੰਦਰੁਸਤ ਹੋਣਾ ਚਾਹੀਦਾ ਪੈਸਾ ਤਾਂ ਆਉਂਦਾ ਜਾਂਦੀ ਰਹਿੰਦਾ ਹਾਂ ਸਹੀ ਗੱਲ ਹੈ ਬਾਈ ਤੇਰੀ ਤੂੰ ਐਂ ਦੇਖ ਲੈ ਆਪਣੇ ਲੋਕ ਪਰਮਾਤਮਾ ਤੋਂ ਪਤਾ ਕੀ ਮੰਗਦੇ ਨੇ ਅਖੇ ਸਾਨੂੰ ਪੈਸਾ ਦੇ ਦੇ ਪਰਮਾਤਮਾ ਅਮੀਰ ਬਣਾ ਦੇ ਸਾਨੂੰ ਤੈਨੂੰ ਪਤਾ ਮੁਸਲਮਾਨ ਪਰਮਾਤਮਾ ਤੋਂ ਕਿਵੇਂ ਮੰਗਦੇ ਨੇ ਉਹ ਕਹਿਣਗੇ ਸਾਨੂੰ ਤੰਦਰੁਸਤੀ ਦੇ ਪਰਮਾਤਮਾ ਤੰਦਰੁਸਤੀ ਮੰਗਦੇ ਨੇ ਉਹ ਪਰਮਾਤਮਾ ਤੋਂ ਹੋਰ ਸਹੀ ਗੱਲ ਹੈ ਬਾਈ ਤੰਦਰੁਸਤੀ ਜ਼ਰੂਰੀ ਹੈ ਜਦੋਂ ਬੰਦਾ ਤੰਦਰੁਸਤ ਹੈ ਸਭ ਕੁਝ ਹੋ ਜਾਂਦਾ ਪੈਸਾ ਵੀ ਕਮਾ ਲੈਂਦਾ ਹੈਗਾ ਹੋਰ ਹੋਰ ਬਾਈ ਜਿਵੇਂ ਗੁਰਦਾਸ ਮਾਨ ਨੇ ਗਾਣਾ ਗਾਇਆ ਸੀਗਾ ਕਹਿੰਦਾ ਬਾਕੀ ਦੇ ਕੰਮ ਬਾਅਦ 'ਚ ਪਹਿਲਾਂ ਸਿਹਤ ਜ਼ਰੂਰੀ ਹੈ ਸਹੀ ਗੱਲ ਹੈ ਸਿਹਤ ਹੀ ਜ਼ਰੂਰੀ ਹੋਣੀ ਚਾਹੀਦੀ ਹੈ ਸਹੀ ਗੱਲ ਹੈ ਸਹੀ ਗੱਲ ਹੈ ਭੈਣੇ ਸਿਹਤ ਹੀ ਜ਼ਰੂਰੀ ਹੁੰਦੀ ਹੈ ਸਭ ਤੋਂ ਪਹਿਲਾਂ ਤਾਂ ਬਾਕੀ ਚੀਜ਼ਾਂ ਤਾਂ ਬਾਅਦ ਦੀਆਂ ਗੱਲਾਂ ਹੁੰਦੀਆਂ ਨੇ ਹੋਰ ਵਧੀਆ ਗਾਣਾ ਗਾਇਆ ਸੀ ਬਾਈ ਨੇ ਹਾਂ ਇਹ ਤਾਂ ਹੈ ਹੋਰ ਤੁਸੀਂ ਸ਼ਹਿਰ ਆਏ ਸੀ ਕਿ ਪਿੰਡੋਂ ਹੀ ਆਏ ਹੋ ਸਿੱਧਾ ਸ਼ਹਿਰ ਹੀ ਆਏ ਸੀ ਬਾਈ ਪਿੰਡੋਂ ਅੱਛਾ ਹਾਂ ਮੈਂ ਕਿਹਾ ਚੱਲ ਪੂਆ ਨੂੰ ਮਿਲ ਕੇ ਚੱਲਦੇ ਆਂ ਐ ਤਾਂ ਫਿਰ ਨੰਗਿਆ ਵੀ ਨਹੀਂ ਜਾਂਦਾ ਪੂਆ ਕਦੂ ਗਈ ਟੱਪ ਜਾਂਦੇ ਹੋ ਨਾ ਨਾ ਵਧੀਆ ਕਰਿਆ ਵਧੀਆ ਕਰਿਆ ਮੈਂ ਮਿਲ ਕੇ ਜਾਂਦੇ ਆਂ ਹੋਰ ਫਿਰ ਨਾਲੇ ਕਿਹੜਾ ਕੋਈ ਬਾਲੀ ਦੂਰ ਤੇ ਨਾਲ ਲੱਗ ਮੀਤੀ ਮੈਂ ਫਿਰ ਗੇੜਾ ਵੱਜੇ ਨਾ ਵੱਜੇ ਹਨਾ ਮੈਂ ਚੱਲ ਹੋਈ ਚੱਲਦੇ ਆਂ ਇੱਧਰ ਦੀ ਸਾਨੂੰ ਤਾਂ ਫਿਰ ਉਨੀ ਬਾਟ ਇੱਧਰ ਪੈਂਦੀ ਤੇ ਉਨੀ ਉਧਰ ਪੈਂਦੀ ਤੀ ਹਾਂ ਬਾਈ ਬਰਾਬਰ ਹੀ ਆ ਰਿਹਾ ਸਾਡਾ ਪਿੰਡ ਤੇ ਸਾਡਾ ਪਿੰਡ ਖੱਲਣ ਤੇ ਗੇੜੀਆਂ ਲੰਘ ਜਾਂਦਾ ਜਾਂਦਾ ਹੋਇਆ ਅਗਲਾ ਮੈਂ ਮਾੜਾ ਮੋਟੀ ਫੜਕ ਦੀ ਆ ਫਿਰ ਕੰਮ ਤਾਂ ਤੇ ਤੈਨੂੰ ਪਤਾ ਬਾਈ ਇਹੋ ਜਿਹੇ ਨੇਗੇ ਨਾ ਨਾ ਵਧੀਆ ਕਰਿਆ ਚਲ ਹੁਣ ਜਦੋਂ ਆ ਹੀ ਰਹੇ ਆਂਗੇ ਨਹੀਂ ਨਹੀਂ ਵਧੀਆ ਵਧੀਆ ਚਲ ਬਾਈ ਪੂਆ ਭਤੀਜੀ ਦਾ ਪਿਆਰ ਇਹੀ ਜਾਂਦਾ ਹਾਂ ਹੋਰ ਮਾ ਚਲ ਹੋ ਕੇ ਆਉਨੇ ਪੂਆ ਕੋਲੇ ਜਿਹੜਾ ਕੋ ਕਰੇ ਬਾਕੀ ਦਾ ਉਹਦਾ ਹਾਂ ਹਾਂ ਜੇ ਕੋ ਕਰਦਾ ਹੀ ਨਹੀਂ ਉਹ ਪੂਆ ਭਤੀਜੀ ਕਾਦੀਆਂ ਉਹ ਕਾਦੀਆਂ ਸਹੀ ਗੱਲ ਇਹ ਤਾਂ ਹੈ ਆਉਣਾ ਤਾਂ ਬਾਈ ਅਸੀਂ ਕਈ ਦਿਨਾਂ ਦਾ ਸੀ ਮਾਨਸਾ ਸਾਬ ਕਿਤਾਬ ਕਰਨਾ ਇਸ ਨਿਆਰੇ ਨਾਲ ਬਸ ਆਈ ਨਹੀਂ ਗਿਆ ਫੋਨ ਤਾਂ ਅਸੀਂ ਕਿੱਦਾਂ ਦਾ ਕਰਖਿਆ ਸੀ ਉਹਨਾਂ ਨੂੰ ਬਸ ਟਾਈਮ ਹੀ ਨਹੀਂ ਲੱਗਿਆ ਉਹਨਾਂ ਨੇ ਵੀ ਸਾਨੂੰ ਕਹਿਤਾ ਸੀ ਵੀ ਚੱਲ ਕੋਈ ਨਾ ਪੈਸੇ ਕਿਹੜਾ ਭੱਜੇ ਜਾਂਦੇ ਨੇ ਫਿਰ ਦੇਣ ਹੀ ਦੇਣੇ ਬਾਈ ਟੁੰਮਾਂ ਜੀਆਂ ਕਰਾਈਆਂ ਸੀ ਮੈਂ ਚੱਲ ਹੋ ਆਉਂਦੇ ਹੁਣ ਬਾਕੀ ਬਾਈ ਐਵੇਂ ਕਹਿੰਦਾ ਸਾਡੇ ਸੁਨਿਆਰੇ ਖਿੱਚ ਨਹੀਂ ਕਰਦੇ ਵਾਲੀ ਉਹ ਵੀ ਅੱਜ ਅਸੀਂ ਆਪ ਤੋਂ ਆਏ ਹਾਂ ਸਾਨੂੰ ਕਹਿੰਦੇ ਕੋਈ ਨਾ ਫੇਰ ਦੇ ਦਿੰਦੇ ਠਹਿਰ ਕੇ ਤੁਹਾਡੇ ਕਿਹੜਾ ਪੈਸੇ ਭੱਜੇ ਜਾਂਦੇ ਨੇਗੇ ਮੈਂ ਨਾ ਬਾਈ ਦੇਣ ਹੀ ਦੇਣਾ ਹਨੀ ਕਿ ਨਹੀਂ ਹਾਂ ਹੁੰਦੀ ਹੈ ਸੋਚ ਦੇਣ ਦੀ ਹੋਰ ਨਹੀਂ ਠੀਕ ਹੈ ਫਿਰ ਜਿਹਦਾ ਵਿਹਾਰ ਅਗਲੇ ਦਾ ਚੰਗਾ ਹੈ ਦੇਖ ਲੈਂਦੇ ਨੇ ਉਹ ਵੀ ਹਾਂ ਵਿਹਾਰ ਦਾ ਸਹੀ ਹੈ ਬੰਦਾ ਵੀ ਪੈਸੇ ਕਿੱਧਰ ਭੱਜਦੇ ਨੇ ਦੁਕਾਨਦਾਰ ਦਾ ਰੋਜ਼ ਦਾ ਕੰਮ ਹੁੰਦਾ ਰੋਜ਼ ਦਾ ਵਾਹ ਪੈਂਦਾ ਬੰਦੇ ਨਾਲ ਦੇਖ ਲੈਂਦਾ ਅਗਲਾ ਹਾਂ ਕਿਹੜਾ ਬੰਦਾ ਕਿਵੇਂ ਹੈ ਸਭ ਪਤਾ ਹੁੰਦਾ ਇਹਨਾਂ ਨੂੰ ਹਾਂ ਜਿਹਦਾ ਨਹੀਂ ਪਤਾ ਹੁੰਦਾ ਇੱਕ ਦੂਜੇ ਨੂੰ ਪੁੱਛ ਲੈਂਦੇ ਨੇ ਇਹ ਤਾਂ ਗੱਲ ਹੈਗੀ ਹੈ ਇਹ ਆੜਤੀਆਂ ਦਾ ਸੁਨਿਆਰਿਆਂ ਦਾ ਕਿਉਂ ਵੀ ਦੁਕਾਨਦਾਰ ਹੈ ਤਾਂ ਹੀ ਪੁੱਛਦੇ ਰਹਿੰਦੇ ਨੇ ਆਪਾਂ ਨੂੰ ਗਿਆ ਨੂੰ ਵੀ ਤੁਹਾਡਾ ਕੀ ਹਾਲ ਹੈ ਗਵਾਂਢੀਆਂ ਦਾ ਹਾਂ ਪੁੱਛਦੇ ਨਹੀਂ ਰਹਿੰਦੇ ਆਪਾਂ ਨੂੰ ਉਹ ਤਾਂ ਹੀ ਪੁੱਛਦੇ ਹੁੰਦੇ ਨੇ ਹਾਂ ਵੀ ਭੇਤ ਲਈਏ ਉਹ ਤਾਂ ਫਿਰ ਬਾਈ ਪੰਮੀ ਕੋਲੇ ਗਈ ਹੋਈ ਹੈ ਹਾਂ ਪੰਮੀ ਕੋਲੇ ਗਈ ਹੋਈ ਹੈ ਹੋ ਗਏ ਉਹਨੂੰ ਤਾਂ ਹਫ਼ਤੇ ਮੰਗੂ ਮਿਲਦਾ ਇੱਕ ਨਾ 10 ਦਿਨ ਵੱਧ ਹੀ ਹੋ ਗਿਆ ਉਹ ਅੱਛਾ ਤੈਨੂੰ ਪਤਾ ਫਿਰ ਉਹਦਾ ਤਾਂ ਪਹਿਲਾਂ ਤੋਂ ਜੀ ਵੱਧ ਲੱਗਦਾ ਉੱਥੇ ਸਹੀ ਗੱਲ ਹੈ ਭੂਆ ਦਾ ਤਾਂ ਲੱਗਦਾ ਉੱਥੇ ਜੀ ਮੈਂ ਵੀ ਇਹਨਾਂ ਨੂੰ ਉਹਦੀ ਕਹਿਤਾ ਸੀ ਹੁਣ ਸਰਮਾ ਪੰਮੀ ਕੋਲੇ ਗਈ ਹੋਣੀ ਮੈਨੂੰ ਲੱਗਦਾ ਜਿਹੜੀ ਦੀਦੀ ਨਹੀਂ ਹੈਗੀ ਸਾਰੇ ਪਾਸੇ ਨਾਨੀਆਂ ਕੋਲੇ ਕਿਹੜੀ ਮਾਤਾ ਦਾ ਜੀ ਲੱਗਦਾ ਭੈਣੇ ਹਰੇਕ ਨਹੀਂ ਲੱਗਦਾ ਹੁੰਦਾ ਇਹ ਤਾਂ ਗੱਲ ਹੈ ਲਾਇਆ ਹੁੰਦੀ ਉੱਥੇ ਜਦੋਂ ਜਾਂਦੀ ਹੈ ਕਈ ਕਈ ਦਿਨ ਲਾਇਆ ਹੁੰਦੀ ਹੈ ਫਿਰ ਚਲੋ
ਬਾਕੀ ਬਾਈ ਤੂੰ ਐ ਲਾ ਲਾ ਯਾਰ ਇਹ ਸੁਨਿਆਰਾਂ ਦੇ ਜਿਨ੍ਹਾਂ ਦੇ ਅਸੀਂ ਜਾ ਕੇ ਆਏ ਆ ਹੁਣ ਸਾਡੇ ਪਿੰਡ ਚ ਰੋਜ਼ ਗੇੜਾ ਇਹਨਾਂ ਦਾ ਦੋ ਚਾਰ ਘਰ ਇਹ ਜਿਹਨਾਂ ਦਾ ਵਿਹਾਰ ਖਰਾਬ ਹੈਗਾ ਔਰ ਉਹਨਾਂ ਦੇ ਰੋਜ਼ ਡੇਲੀ ਜਾਂਦੀ ਜਾਂਦੇ ਨੇ ਆਪਣੇ ਨਹੀਂ ਕਦੇ ਗਏ ਜਿਹਨੂੰ ਪਤਾ ਤਾਂ ਹੀ ਨਹੀਂ ਜਾਂਦੇ ਉਹਨੂੰ ਪਤਾ ਜੇ ਕੋਈ ਕੰਮ ਹੋ ਤਾਂ ਹੀ ਨਹੀਂ ਆਇਆ ਗਿਆ ਹੁਣ ਜਾ ਕੇ ਅਗਲੇ ਨੂੰ ਸਾਰਾ ਹਿਸਾਬ ਕਿਤਾਬ ਕਰਿਆ ਇਹ ਵਾਲੇ ਨਾਲ ਨਾ ਨਾ ਵਧੀਆ ਕਰਿਆ ਵਧੀਆ ਕਰਿਆ ਤੇ ਗਾਹਾਂ ਵਾਸਤੇ ਤੂੰ ਮੈਨੂੰ ਲਪਾਈ ਦਾ ਨਾ 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 ਤੇਰੀ ਫੋਨ ਤੇ ਚੀਜ਼ ਮੰਗਾ ਲਾ ਦੇ ਤੂੰ ਹਾਂ ਫਿਰ ਅਗਲੇ ਨੇ ਮਾਰਨੀ ਆ ਗੇੜੇ ਜੇ ਦਿੰਦਾ ਨਹੀਂ ਅਗਲਾ ਨਹੀਂ ਕੀਤਾ ਤੇਲ ਪਚਾਉਣ ਨੂੰ ਜੀ ਕਰਦਾ ਹੋਰ ਨਾਲੇ ਵਾਲਾ ਚੀਜ਼ ਦਿੰਦਾ ਹੈ ਨਾਲੇ ਫਿਰ ਬੇਇੱਜ਼ਤੀ ਕਰਾਉਂਦਾ ਹੋਰ ਲੈਂਦਾ ਅਗਲਾ ਤੜਕੀ ਆ ਗਿਆ ਯਾਰ ਪੈਸਿਆਂ ਨੂੰ ਆਉਣਾ ਹੀ ਅਗਲੇ ਨੇ ਇਹੀ ਕੰਮ ਆੜਤੀਆਂ ਦਾ ਵੀ ਸਾਡੇ ਪਿੰਡ ਚ ਇਹੀ ਹੈ ਚੱਕ ਕੇ ਬਾਅਦ ਝੁੱਗਾ ਚੱਕ ਦਿੰਦਾ ਹਰੇਕ ਅੱਛਾ ਦੇਖ ਲੈ ਚੰਗੀ ਗੱਲ ਤਾਂ ਨਹੀਂ ਕੋਈ ਕਿਸੇ ਦੇ ਪੈਸੇ ਮੁੱਕਰ ਨੇ ਨਾ ਬਾਈ ਫੜੇ ਹੁੰਦੇ ਨੇ ਆਪਾਂ ਨੇ ਦੇਣੇ ਚਾਹੀਦੇ ਨੇ ਕਿਵੇਂ ਮਰਜ਼ੀ ਦੇਵੇ ਅਗਲਾ ਹੁਣ ਤਾਂ ਨਹੀਂ ਲੈਣ ਆਉਂਦਾ ਨਾ ਨਾ ਸਹੀ ਰੱਖੋ ਵਿਹਾਰ ਅਗਲੇ ਨੂੰ ਆਉਂ ਰਾਟ ਕਹੋਂਦਾ ਅਗਲਾ ਉਤੋਂ ਹੋਰ ਵੀ ਮੇਰੇ ਵਰਗਾ ਕੋਈ ਹੈ ਹੀ ਨਹੀਂਗਾ ਆਖਿਰ ਚਾਦਰ ਦੇਖ ਕੇ ਪੈਰ ਪਸਾਰੋ ਬਾਈ ਇੰਨਾ ਕੁ ਭਾਰ ਚੱਲ ਸਕਦੇ ਉਹਨਾਂ ਖਰਚਾ ਚੜਾ ਉਪ ਲੋੜੀ ਨਹੀਂ ਵੱਧ ਚੜਾਉਣ ਦੀ ਫੋਕਰੇ ਹੋ ਗਏ ਰੋਟੀ ਰਾਟੀ ਫਿਰ ਬਣਾ ਲੈਣੀ ਹਾਂ ਹਾਂ ਬਣਾਉਣੀ ਆ ਨਾ ਨਾ ਬੜੇ ਰੋਟੀ ਤਾਂ ਰੋਟੀ ਨਹੀਂ ਹੈ ਚਾਹ ਦੀ ਰੋਟੀ ਬਣਾ ਲੈ ਯਾਰ ਅੱਜ ਵੀ ਨਹੀਂ ਨਾ ਨਾ ਚਾਹ ਦੀ ਹੋਣੀ ਦੋ ਦੋ ਕਰਾਇ ਕਰੋ ਰਾਜੀ ਫੋਨ ਕਰ ਦਿਓ ਸਮੋਸੇ ਮੰਗਾ ਦਿਓ ਹੈ ਚਲ ਹਾਂ ਕਰ ਲਓ ਜੇ ਬੜਾ ਕਰ ਦਿਓ ਕੋਈ ਨਹੀਂ ਰੋਟੀ ਤਾਂ ਖਾ ਕੀ ਆਈ ਇਹ ਸਬਜ਼ੀ ਬਣੀ ਪਈ ਹੈ ਨਾ ਨਾ ਨਹੀਂ ਕਰ ਚਲ ਹਾਂ ਕਰ ਲੈਣਾ ਠੀਕ ਹੋਰ ਬੇਬੇ ਠੀਕ ਠਾਕ ਸੀ ਇੱਥੇ ਭੈਣ ਵਾਰੇ ਹਾਂ ਠੀਕ ਠਾਕ ਤੇ ਸਾਰੇ ਚਲ ਵਧੀਆ ਗੱਲ ਹੈ ਲੈ ਬੇਬੇ ਪਾਣੀ आजा 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 अरे आजा आ ले आजा तो वहाँ घर जाऊ तेरे आजा 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 तो रे आजा 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 अरे आजा 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 आजो मार छाल छाल मार ਚੱਲ ਮਾਰ ਮਾਰ ਚੱਲ ਆਜੋ ਕੀ ਹੋ ਗਿਆ ਤੈਨੂੰ ਤਾਂ ਥਕਾਟ ਜੀ ਵਾਲੀ ਆਈ ਜਾਂਦੀ ਹੈ ਪਤਾ ਨਹੀਂ ਕੀ ਹੋ ਰਿਹਾ ਚਕਰਾਉਂਦਾ ਜਾ ਸਿਰ ਜਾ ਅੱਛਾ ਹੋਰ ਕਮਜ਼ੋਰੀ ਜੀ ਮਹਿਸੂਸ ਹੁੰਦੀ ਹੈਗੀ ਤੁਰ ਹੀ ਨਹੀਂ ਜਾਂਦਾ ਜਮੀ ਵੀ ਥੱਕੀ ਥੱਕੀ ਜੀ ਰਹੀ ਹਾਂ ਅੱਖਾਂ ਜਿਹੀਆਂ ਘਿਰਦੀਆਂ ਰਹਿੰਦੀਆਂ ਨੇ ਲੱਤਾਂ ਵਾਲਾ ਹੀ ਟੁੱਟਦੀਆਂ ਨੇਗੀਆਂ ਫਿਰ ਆਪਾਂ ਬਾਗ ਚੱਲਦੇ ਹਾਂ ਮਨੋ ਡਾਕਟਰ ਦੇ ਦਵਾਈ ਲੈ ਆਉਂਦੇ ਆਈ ਕਹਿ ਕੇ ਲਿਆ ਦੋ ਤੁਸੀਂ ਬਸ ਹਾਂ ਵੀ ਲੱਤਾਂ ਜਿਹੀਆਂ ਟੁੱਟਦੀਆਂ ਨੇਗੀਆਂ ਕਮਜ਼ੋਰੀ ਜਿਹੀ ਮਹਿਸੂਸ ਹੁੰਦੀ ਹੈਗੀ ਸਿਰ ਜਾ ਚਕਰਾਉਂਦਾ ਰਹਿੰਦਾ ਅੱਖਾਂ ਜਿਹੀਆਂ ਵਿੱਚਦੀਆਂ ਰਹਿੰਦੀਆਂ ਨੇਗੀਆਂ ਡਿੱਗੂ ਡਿੱਗੂ ਕਰਦਾ ਸਰੀਰ ਸਾਰਾ ਦਿਨ ਫਿਰ ਐਂ ਕੀ ਪਤਾ ਲੱਗੂ ਯਾਰ ਤੂੰ ਆਪ ਬਾਗ ਚੱਲਦੀ ਜੰਗਾ ਦੀ ਨਾਲ ਆਈ ਲਿਆ ਦੋ ਤੁਸੀਂ ਕਹਿ ਕੇ ਹੈ ਮੈਂ ਕੀ ਜਾਊਂਗੀ ਐਂ ਲਿਆ ਦਿਓ ਦੇਖ ਲੈ ਤੁਰ ਹੀ ਨਹੀਂ ਜਾਂਦਾ ਦੂਰ ਬਾਗ ਜਾਂਦੀ ਵਧੀਆ ਸੀ ਮੋਟਰਸਾਈਕਲ ਤੇ ਬਾਗ ਜਾਂਦੇ ਆ ਨਾ ਜਾਇਆ ਨਹੀਂ ਜਾਂਦਾ ਤੁਸੀਂ ਐਂ ਲਿਆ ਦਿਓ ਚਲ ਹਿੰਮਤੀ ਨਹੀਂ ਹੈਗੀ ਮੇਰੀ ਤਾਂ ਚੱਲ ਲਿਆ ਦਿਨ ਅਗੋਹਾ ਮਸਾਂ ਪੱਥੇ ਅੱਜ ਤੜਕੇ ਆ ਕੂੜਾ ਵੀ ਨਹੀਂ ਦੇਖ ਲਾ ਕਿੰਨਾ ਕਤੀਗਾ ਪੱਤੇ ਹੋਏ ਸੁੱਤੇ ਜੇ ਤੇ ਨਿੰਮ ਦੇ ਉਹ ਵੀ ਨਹੀਂ ਡਿੱਗੇ ਗਏ ਹੈਗੇ ਅੱਛਾ ਚੱਲ ਮੈਂ ਲਿਆ ਦਿੰਦਾ ਫਿਰ ਕੋਈ ਨਾ ਸਿਰੇ ਐ ਫਟੀ ਜਾਂਦਾ ਹੈਗਾ ਲਿਆ ਦਿੰਦਾ ਫਿਰ ਮੈਂ ਦੱਸ ਦੂੰ ਹੋਰ ਕੀ ਦੱਸ ਦੇ ਲਿਆਵਾਂ ਫਿਰ ਹਾਂ ਲਿਆ ਦੋ ਮੋਟਰਸਾਈਕਲ ਲੈ ਕੇ ਜਾਣਾ ਐਂ ਜੀ ਕਰਦਾ ਇੱਥੇ ਬੈਠੀ ਰਹਾਂ ਬਸ ਹੁਣ ਕੀ ਹੋ ਗਿਆ ਤੈਨੂੰ ਬੇਬੇ ਪਤਾ ਨਹੀਂ ਕੀ ਹੋ ਗਿਆ ਚੱਕਰ ਜੇ ਆਈ ਜਾਂਦੇ ਨੇ ਦਵਾਈ ਵੀ ਮੰਗਾਈ ਤੀ ਮੈਂ ਕੋਈ ਫਰਕ ਨਹੀਂ ਪਿਆ ਹੈਗਾ ਦੇ ਜੀ ਕਮੀ ਜਾਂਦੀ ਹੈ ਜਮੀ ਨਹੀਂ ਖੜਾ ਜਾਂਦਾ ਕਿਤੇ ਕੀ ਹੋ ਗਿਆ ਸੁਭਾਲ ਹੈ ਪਤਾ ਨਹੀਂ ਚੱਕਰ ਜਾਉਣ ਲੱਗ ਗਿਆ ਖੜੀ ਨਹੀਂ ਜਾਂਦਾ ਹਿੰਮਤ ਹੀ ਨਹੀਂ ਹੈਗੀ ਵਿੱਚ ਆ ਬਾਲਟੀ ਭਰ ਦਵਾਈ ਨਾਲ ਕੋਈ ਫਰਕ ਨਹੀਂ ਪਿਆ ਨਾ ਕੋਈ ਫਰਕ ਨਹੀਂ ਪਿਆ ਅੱਛਾ ਫਿਰ ਮੈਂ ਤੈਨੂੰ ਕਿਹਾ ਤੂੰ ਆਪ ਆ ਚੱਲ ਐਂ ਕੀ ਪਤਾ ਲੱਗਦਾ ਹੁਣ ਗਾਹਾਂ ਚੱਲ ਉੱਠ ਫਿਰ ਚੱਲੀ ਆਪਾਂ ਡਾਕਟਰ ਦੇ ਹੈ ਹਜੇ ਖੜ ਜਾ 10 ਮਿੰਟ ਮੈਂ ਆਰਾਮ ਕਰ ਲੈਣ ਦੇ ਹਿੰਮਤ ਹੀ ਨਹੀਂ ਹੈਗੀ ਉੱਠਣ ਦੀ ਜਾਣ ਦੀ
चल ऐ कर ले फिर आराम कर लेना 10 मिनट में आओ फिर बाद चलेंगे पै जा फिर लोट होके पै जा जा पै जा चल कोई ना पीली आया बेबे अच्छा ताही ता डिगदी फिर दीदी है मैंने तो पहले ही पता थी मैंने कहा थी मैं मेरे नाल बग चलो उदों भी दवाई रहन ताही मेरा आके दे भी धरती ते पैर नहीं लगदा आ लगदा उत्ते उत्ते फिरती है टेस्ट कराए बिना कौन पता लगदा है चल पै जा जसे मैं अपनी पम्मी को जानी हाँ कल नू आ जाऊंगी बेबे ये तो बीमार है हुण तेनू ए नहीं पता लगता भला है साडियां रोटियां कौन लाऊगा भला कम तो नहीं औखा हो जू ले चार पांच दिन हो गए भाई हुण तो सुख नाल ठीक है ये चार सोडियां रोटियां ने वह भी नहीं ला सकूगी ये नाले बिंदर राजस्थान जाऊगा फिर पम्मी नू कली नू औखा हो जाता वह भी न्याणी कली रह जाती है बेबे जे बिंदर राजस्थान जाऊगा कोई गल नहीं आपकी भैन नू कह दे नाल दे पिंड ते उहदी भैन है चार रोटियां ला दूगी ला सकती है चार रोटियां ता हुण तुरके ता ना के आई है बेबे तुरके ता मैनू आप नू जाना तीगा फिर बाल्टी ता पानी मैनू इन्हे तरी है भर के तुरके तो हम मैंने जानी पूंगा बाथरूम तक ता बेबे मैं तो जमी नहीं खड़ा जांदा मैं झूठ नहीं बोलदी मैनू औखी बहुत हो जी रोटी लाउनी ले की औखा हो जो तेनू चार ता रोटियां लेनियां ने चार रोटियां नहीं लेनियां तेरे तो मेरा जाना उथे जरूरी है कुड़ी कल्ली रह जूगी औखा हो जूआ ले कमाल करी जानी बेबे तू सरी पे जमी तेरे कणियो चल कोई ना तू चुप करो भाग जांदी बेबे नु कोई ना ते भाग जा मैं ला लूंगी औखी सोखी कोई ना और बेबे ठीक ठाक हाँ ठीक ठाक पुत चलो बढ़िया मैं तो ऐ कह बेबे मेरा राजस्थान जाना जरूरी है ऐतकी नाल ठेका फट के लिया ना जो अपना कोठा वो ढैन जी वाला हो रहा है जेडे अपना बन करते हैं वह कहते कि कोठा पा के दे सू मैं चल पा दें ना आपदा समारा जाता चल लेबर भी औखा हो जाता गा मैं चल बना दें ऐतकी नवा बना मिस्त्री मुस्त्री ला लाँगे उ चल कोई नहीं पुत जाया जेडे तेरे काम धंधे ने कर मैं रह जूंगी उरे कोई गल नहीं सोच ना करी तू मैं इतनी हाँ आहो ऐ ठीक है ए मैनू कहंदे मैं सरबजीत नू फोन कर देना कि तेरे कोले ओ आजूगी मैं कहा कोई लोड़ ही नहीं मैं बेबे नू करया फोन आ बेबे आजूगी हां फिर ए किड्डी गल है ए करदे ती गल्लां या जदों मैं तुरियां कहंदे बीमार पईए रोटी टुकदा औखा हो जू किवें करूगी ए मैं आख्या मैनू नहीं पता भाई मेरा तां कुड़ी कोले जाना जरूरी है मखा मेरी ती कल्ली रहूगी बिंदर ने राजस्थान जाना चार रोटियां नहीं मखा लैंदियां तेरे तो की खेखण जे करदी है कहंदी मैं बीमार पई आ आहो फिर सही गल है बेबे तेरी हां सच भैन नु टाइफाइड ते पी लिया आ गया है ना आहो मैं कहा चार पांच दिन हो गए नु दवाई खांदी नु हुण ठीक होगी होगी ए बस जान के ड्रामे जो करदी रहंदी है मैं बीमार आ होर ओही ता गल है बेबे तेनु कौन कहंदा सी वी रोटियां नहीं लेनी ओ कहंदे सी दोनी कहंदे थे तेनु पता ता है गया ओ जस्सा केड़ा कट्टा है ओ भी कहंदा थी मैं आख्या भाई मेरा जाना ता जरूरी है मैं नहीं रुकदी हैगी देख लेंदी फिर बेबे जे ओ कहंदे सीगे मैं सरबजीत नु कह दंदा चार दिन होर रहंदी उरे नाले उहनां दा ता कट दा काम है घरे भी सर जांदा हैगा क्यों रहण दंदी इहनां दा की है भौंकी जाण दे इहनां नु कुत्त्यां वांगू इहनां नु ता मचेमा चढ़ जांदा है वी क्यों जांदी है कुड़ी कोले कोई ना पुत्त तू बेफिक्र होके जा छड्ड खैड़ा उहनां दा चल ठीक है बेबे पुत्त अपना मनी किधर गया ओ ता शहर गया बेबे आईलैट्स करदा ना अच्छा करी जांदा हां आईलैट्स करदा हां वी मैं बाहर जाऊंगा हां बेबे बाहर जाऊंगा कहंदा चल वधिया ता बेबे कहंदा मैं बाहर जाना असि ता पहला आख्या सी वी की करेगा ओ ता कहंदा मैं ता बाहर जाना ही जाना
फिर असीं वी कहता चल भाई तेरी मर्जी है, वग जा, सारे जवाक ही जाई जांदे अज कल तां बाहर। हाँ ठीक है पुत, इत्थे कड़ा नौकरियां मिलदियां ने नाले। ओ तां तेरी गल सही है बेबे, पर मैं तैनूं सच्ची गल कहां, मेरा तो जी जा नहीं करता बाहर भेजण नूं। मैं तां इन्हां नूं भी कहा सी भी कल्ला अपने जवाक है, कादे वास्ते बाहर भेजना है। हुण इह कहिंदे जदों ओह जिद फड़ी बैठा भी मैं तां जाण ही जाणा बाहर, इह कहिंदे चल बाग जाण ते होर की है। होर बेबे उही तां गल है, हुण जवाक जो जिद फड़ी खड़ा गा फिर कर भी की सकदे आ हुण। चल भाई बाग जान दे, बाकी आपां उहदे भविख दा भी सोचना गा। उही तेरे वाली गल, इत्थे कहिड़ा नौकरियां धरियां पईआं ने, चाहे जिन्ना मर्जी पढ़ी जावे जवाक। चल ठीक है पुत, नाले पुत जदों इह बाग गया हौली हौली सद लू सोनू भी, बुला लूगा उत्थे, तुसी भी बग जाओगे संगा। हाँ सही गल है बेबे। आ गए तुसी? हाँ। मैं रोटी ला दा नहीं फिर। रोटी तू कित्थे ला देंगी? पै जा ना। कोई ना मैं ला दा नहीं है। तू कित्थे लाएंगी रोटी यार? ले आवांगे ढाबे डुबे तो ले आवांगे। ढाबे तैं कित्थे खांदे फिरांगे रोज? टाइम सिर खोलदे नहीं वास्ता नहीं ढाबे, 10-11 बजे खोलदे ने। ना कोई ना कोई ना। ढाबे ते किवें सरूगा? तू कित्थों ला देंगी? उठे ते इत्थों जांदा नहीं। कोई ना हौली हौली ला दूंगी। पहला कट्टी खुल गई ती, शम्मे ने बोल मारे हर के बन के गया। केड़ी छोटी? हां ओ तां ही खंडे पे थोड़ी जी है। ये तां ही करदे मुंह नाल खलाउंदी है। ਹੋਰ ਸੰਗਲੀ ਪਾਵਾਂਗੇ ਇਹਦੀ ਚੱਜ ਦੀ ਲਿਆ ਸੀ। ਸਰ ਕੋਈ ਨਾ ਲਾਉਣੀ ਆ ਮੈਂ ਹੌਲੀ ਹੌਲੀ। ਜੇ ਕੱਚੇ ਰਾਹੀਂ ਕੋਈ ਨਾ ਕੋਈ ਨਾ ਲਾਉਣੀ ਪੈਣੀ ਆ ਫਿਰ। ਤੂੰ ਬਣਾਈ ਸੀ ਕੀ ਤੜਕੇ? ਕੋਈ ਨਾ। ਮੈਂ ਤੇਰੇ ਨਾਲ ਕਰਾ ਦਿੰਦਾ। ਨਾ ਕੋਈ ਨਾ, ਤੁਸੀਂ ਬਸ ਕੋਲੇ ਬਹਿ ਕੇ ਖਾ ਲਿਓ। ਆ ਦਾਲ ਕੱਲ ਵਾਲੀ ਐ ਸਪਾਲ? ਹਾਂ ਇਹੀ ਖਾ ਲੂੰ ਫਿਰ ਮੈਂ ਤਾਂ ਯਾਰ ਆਲੂ ਛੱਲੇ ਨਹੀਂ ਪਈ। ਹੈ ਹਾਂ ਕੋਈ ਨਾ, ਆ ਬਾਟੀ ਕੇ ਸਤਿਤੀ ਕਰ ਲਾਂਗੇ, ਗਰਮ ਕਰ ਲਾਂਗੇ ਆ ਪਰਾਂ। ਫੇਰ ਲਾ ਲੂੰਗੀ ਇੰਨੀ ਆ ਬੰਦਾ। ਗੋਲੀਆਂ ਵੇਟੜੀਆਂ ਮਸਾਂ ਲੱਗਦੀਆਂ ਨੇ। ਹੋਰ ਦੇਖ ਲਿਆ ਤੇਰੇ ਡਾਕਟਰ ਕੀ ਕਹਿੰਦਾ ਸੀਗਾ? ਕਹਿੰਦਾ ਮੈਂ ਤੁਹਾਨੂੰ ਕਿਹਾ ਦੇਖਦੀ ਖੇਚਲਾ ਨਹੀਂ ਕਰਨੀ ਵੀ, ਤੁਸੀਂ ਫੇਰ ਨਹੀਂ ਕਹਿੰਦਾ ਹਟੇ। ਫਿਰ ਡਾਕਟਰ ਨੂੰ ਕੀ ਪਤਾ ਵੀ ਆਹ ਕੰਮ ਹੈ, ਹੁਣ ਕੰਮ ਤਾਂ ਕਰਨੀ ਪੈਂਦਾ ਜਦੋਂ ਕੰਮ ਵਾਲਾ ਹੈ ਨਹੀਂ ਘਰੇ ਕੋਈ। ਉਹ ਤਾਂ ਠੀਕ ਹੈ, ਉਹ ਕਹਿੰਦਾ ਉਨੀ ਛੇਤੀ ਫਿਰ ਠੀਕ ਹੋਊ ਨਾ ਜਿੰਨਾ ਬਚਤ ਰੱਖੂ ਪੈ ਜਾ ਹੁਣ। ਚੱਲ ਉਹ ਤਾਂ ਠੀਕ ਹੈ, ਮੈਨੂੰ ਬੇਬੇ ਤੇ ਹਰਖ ਚੜੀ ਜਾਂਦਾ ਯਾਰ, ਦੇਖ ਲੈ ਕੱਲ੍ਹ ਨੂੰ ਆ ਜੂੰਗੀ ਕਹਿੰਦੀ ਲੈ, ਹਫ਼ਤਾ ਹੋ ਗਿਆ ਗਈ ਨੂੰ ਪਤਾ ਹੀ ਤੀ, ਪਰ ਪਹਿਲਾਂ ਕਿਹੜਾ ਇਹ ਕਹਿ ਕੇ ਮੜੀ ਹੈ, ਕਾਏ ਵਾਰ ਕੱਲ੍ਹ ਨੂੰ ਹੀ ਕਹਿੰਦੀ ਹੁੰਦੀ ਹੈ, ਕੱਲ੍ਹ ਨੂੰ ਆਜੂ ਮੈਂ ਪਰਸੋਂ ਨੂੰ ਆਜੂ, ਵੇਖ ਲੈ। ਪੁੱਛਿਆ ਫੋਨ ਕਰਕੇ ਵੀ ਨਹੀਂ ਪੁੱਛਿਆ ਵੀ ਕਿਵੇਂ ਆ ਕੁਛ? ਚੱਲ ਕੋਈ ਨਾ, ਜਦੋਂ ਉਹਨੇ ਉਹਨੂੰ ਆਪਦਾ ਸਮਝ ਹੀ ਨਹੀਂ ਹੈਗਾ। ਦੇਖ ਹੋਰ ਕਿਵੇਂ ਭਾਬੀ, ਹੁਣ ਠੀਕ ਹੈ ਤੂੰ? ਹਾਂ ਹੁਣ ਤਾਂ ਠੀਕ ਹੈ ਭੈਣੇ, ਮਸਾਂ ਹੀ ਠੀਕ ਕਰੀਏ ਤਾਂ, ਬਾਹਲੀ ਬੁਰੀ ਹਾਲਤ ਹੋ ਗਈ ਦੀਦੀ ਤਾਂ, ਬਾਹਲੀ ਕਮਜ਼ੋਰੀ ਬਾਹਲੀ ਹੋ ਗਈ ਦੀਦੀ, ਬੁਰਾ ਹਾਲਤ ਹੀ ਹੈ ਤਾਂ, ਮੈਨੂੰ ਤਾਂ ਡਰ ਲੱਗਣ ਲੱਗ ਗਿਆ ਦੀਦੀ ਹਾਲਤ ਦੇਖ ਕੇ। ਹੋਣੇ ਆ ਬਾਈ, ਫਿਰ ਪੀ ਲਿਆ ਤੇ ਟਾਈਫਾਇਡ ਦੋਨੇ ਇਕੱਠੇ ਹੋ ਗਏ, ਤਾਂ ਹੀ ਉਹ ਬਾਹਲੀ ਕਮਜ਼ੋਰੀ ਹੋ ਗਈ ਸੀਗੀ। ਹੋਰ ਕਮਜ਼ੋਰੀ ਤਾਂ ਹੋਣੀ ਹੈ, ਉਹਦੇ ਨਾਲ ਤਾਂ ਬਾਹਲਾ ਪ੍ਰਭਾਵ ਪੈਂਦਾ ਹੈ ਬਹੁਤ ਜ਼ਿਆਦੇ। ਸੱਚ ਵਧਾਈਆਂ ਬਾਈ ਤੁਹਾਨੂੰ, ਮਣੀ ਜਿਹੜਾ ਸਾਡੇ ਸੀ ਵੰਡ ਲੈ ਗਿਆ। ਹਾਂ ਹਾਂ ਵਧਾਈਆਂ ਬਾਈ ਤੁਹਾਨੂੰ ਵੀ। ਹੁਣ ਫਿਰ ਕਦੋਂ ਕੁ ਤੱਕ ਬਣ ਜੂਗਾ ਉਹਦਾ ਕੰਮ ਬਾਹਰਲਾ? ਬਸ ਆ ਫਾਈਲ ਆ ਪ੍ਰੋਸੈਸ ਆ ਚੱਲੀ ਜਾਂਦਾ, ਮੇਰੇ ਹਿਸਾਬ ਨਾਲ 1 ਮਹੀਨੇ ਤੱਕ ਬਣ ਹੀ ਜਾਊ ਕੰਮ। ਅੱਛਾ ਚੱਲ ਵਧੀਆ ਹੈ। ਪੁੱਛਣਾ ਬਾਈ, ਜਿਵੇਂ ਜਿਵੇਂ ਦਿਨ ਨੇੜੇ ਆਈ ਜਾਂਦੇ ਨੇ ਮੈਨੂੰ ਤਾਂ ਬਾਹਲੀ ਫਿਕਰ ਜਿਹਾ ਹੋਇਆ ਪਿਆ, ਕਿਵੇਂ ਮੈਂ ਉਹਨੂੰ ਆਪਦੀਆਂ ਅੱਖਾਂ ਤੋਂ ਦੂਰ ਕਰੂੰਗੀ, ਮੈਨੂੰ ਤਾਂ ਹੀ ਲੱਗੀ ਜਾਂਦਾ ਆਪਦੇ ਆਪ ਨੂੰ। ਹੋਰ ਔਖਾ ਤਾਂ ਹੋ ਹੀ ਜਾਂਦਾ ਭੈਣੇ, ਜੇ ਬਜਾਸਨ ਨੂੰ ਜੋ ਹੋਸਟਲ 'ਚ ਪੜ੍ਹ ਲਾਇਆ ਮੇਰਾ ਤਾਂ ਜਮੀਆਂ ਜੀ ਲੱਗਿਆ ਕਰੇ, ਕਰੇ ਉਹਦੇ ਕੱਪੜੇ ਦੇਖਦੇ ਖਰੋਣ ਲੱਗ ਜਾ ਕਰਾਂ, ਕਦੇ ਤੌਲੀਆ ਚੱਕ ਕੇ ਰੋਣ ਲੱਗ ਜਾ ਕਰਾਂ, ਜੇ ਰੋਟੀ ਖਾਇਆ ਕਰਾਂ ਉਦੋਂ ਰੋਣ ਲੱਗ ਜਾ ਕਰਾਂ, ਇੱਕ ਚਟਨੀ ਵਾਲੀ ਖਾਂਦਾ ਸੀ ਉਦੋਂ ਰੋਣ ਲੱਗ ਜਾ ਕਰਾਂ ਮੈਂ ਤਾਂ ਦੇਖ ਕੇ, ਜੇ ਚਟਨੀ ਰਗੜਿਆ ਕਰੇ ਉਦੋਂ ਰੋਇਆ ਕਰੇ, ਕੱਦੂ ਸਬਜ਼ੀ ਵਾਲੀ ਖਾਂਦਾ ਸੀਗਾ। ਹੌਲੀ ਹੌਲੀ ਮਨ ਸਮਝਾਉਣਾ ਪੈਂਦਾ ਭੈਣੇ, ਫਿਰ ਵੀ ਜਵਾਕ ਦਾ ਭਵਿੱਖ ਹੈ ਤਾਂ ਨਹੀਂ ਖਰਾਬ ਕਰਨਾ ਆਪਾਂ ਨੇ।
ਹੁਣ ਘਰੇ ਕਹਿੰਦੇ ਸਦਾ ਰਹਿਣਗੇ ਜਵਾਕ ਦੂਰ ਤਾਂ ਕਰਨੀ ਪੈਣਗੇ ਉਹੀ ਤਾਂ ਗੱਲ ਹੈ ਭੈਣੇ ਹੁਣ ਜਵਾਕਾਂ ਦਾ ਭਵਿੱਖ ਵੀ ਤਾਂ ਸੋਚਣੀ ਆ ਇਹ ਤਾਂ ਉਹੀ ਕਰੀ ਜਾਂਦੀ ਰਹਿੰਦੀ ਹੈਗੀ ਉਹੀ ਹਾਏ ਹਾਏ ਕਰੀ ਜਾਂਦੀ ਰਹਿੰਦੀ ਹੈ ਵੀ ਉਹ ਜਵਾਕ ਪੜਾਉਣੇ ਨੇ ਕਿ ਨਹੀਂ ਹੋਰ ਮਨ ਤਾਂ ਸਮਝਾਉਣਾ ਪੈਂਦਾ ਬਾਈ ਵੀ ਜਵਾਕਾਂ ਦਾ ਭਵਿੱਖ ਹੈਗਾ ਹੋਰ ਇਹ ਤਾਂ ਹੈ ਆਪਦੇ ਆਪ ਨੂੰ ਮਾੜਾ ਮੋਟਾ ਉਹ ਸਮਝਾਉਣਾ ਪਊਗਾ ਨਾ ਸਾਡੇ ਆ ਤਾਂ ਹੋਸਟਲ 'ਚ ਗਿਆ ਸੀ ਬਾਈ ਮੈਂ ਤਾਂ ਬੁਰਾ ਹਾਲ ਬਣਾ ਮਨ ਸਮਝਾਉਣਾ ਪੈਂਦਾ ਹੈ ਮਨ ਤਾਂ ਸਮਝਾਉਣਾ ਹੀ ਪੈਂਦਾ ਹੈਗਾ ਇਹ ਤਾਂ ਉਹੀ ਲੱਗ ਜਾਂਦੀ ਹਾਏ ਹਾਏ ਕਰਨ ਫਿਰ ਤਾਂ ਮਨ ਜਾ ਖੜ ਜਾਂਦਾ ਬਾਈ ਹੋਰ ਹੌਲੀ ਹੌਲੀ ਪੈ ਜਾਂਦਾ ਫਰਕ ਨਹੀਂ ਤਾਂ ਰੋਟੀ ਪਾਣੀ ਵਾਲੀ ਯਾਦ ਆਉਂਦੇ ਨੇ ਜਵਾਕ ਹੋਰ ਹੋਰ ਬਾਈ ਬਾਕੀ 2-3 ਸਾਲਾਂ ਬਾਅਦ ਸੋਨੂੰ ਲੈ ਜੂਗਾ ਨਾਲ ਨਾਲੇ ਹੁਣ ਤਾਂ ਫੋਨ ਹੈਗੇ ਨੇ ਹੁਣ ਪਹਿਲਾਂ ਵਾਲੀਆਂ ਗੱਲਾਂ ਥੋੜ੍ਹੀ ਰਹਿ ਗਈਆਂ ਹੁਣ ਤਾਂ ਵੀਡੀਓ ਕਾਲਾਂ ਹੋ ਜਾਂਦੀਆਂ ਨੇ ਹੈਗੀਆਂ ਹੁਣ ਤਾਂ ਵਧੀਆ ਫੋਨ ਨਾਲ ਬਹੁਤ ਫਰਕ ਪੈ ਗਿਆ ਤਾਂ ਵੀ ਬਾਈ ਉਹ ਗੱਲ ਕਿੱਥੇ ਬਣਦੀ ਹੈ ਕਿਤੇ ਜਵਾਕ ਨੇ ਸਾਰਾ ਦਿਨ ਲਵੇ ਹੁਣ ਔੜਕਾ ਜਿਹਾ ਤਾਂ ਆਉਂਦਾ ਹੀ ਹੈ ਐਂ ਤਾਂ ਖੈਰ ਆਉਂਦਾ ਹੈ ਕਦੇ ਛੱਡਿਆ ਨਹੀਂ ਹੈਗਾ ਨਾ ਕੱਲਾ ਨਹੀਂ ਛੱਡਿਆ ਕਦੇ ਵੀ ਐਂ ਜੇ ਹੋ ਜਾਂਦਾ ਹੋਰ ਉਹੀ ਤਾਂ ਗੱਲ ਹੈ ਕਿੱਥੋਂ ਜੀ ਲੱਗਦਾ ਕੱਲਿਆਂ ਦਾ ਹੋਰ ਬੇਬੇ ਲੱਗਦਾ ਨਹੀਂ ਲੱਗਦਾ ਬਹੁਤ ਔਖਾ ਜਵਾਕ ਭੇਜਣਾ ਮੈਨੂੰ ਤਾਂ ਬੜਾ ਹੀ ਹੇਰਬਾਜ਼ ਆਈ ਜਾਂਦਾ ਇੱਕ ਆਪਾਂ ਨੂੰ ਸਰਦਾ ਨਹੀਂ ਹੈਗਾ ਵੀ ਚੱਲ ਜਵਾਕਾਂ ਦੀ ਜ਼ਿੰਦਗੀ ਬਣਦੀ ਹੈ ਉਹੀ ਤਾਂ ਗੱਲ ਹੈ ਬੇਬੇ ਹੋਈ ਤੇ ਪੰਮੀ ਭੈਣ ਹੋਰਾਂ ਨਾਲ ਗੱਲ ਠੀਕ ਠਾਕ ਪਹੁੰਚ ਗਿਆ ਮੈਂ ਨਹੀਂ ਕੈਨੇਡਾ ਹਾਂ ਹੋਈ ਸੀ ਕਰੇ ਤੇ ਫੋਨ ਕਹਿੰਦੇ ਪਹੁੰਚ ਕੇ ਫੋਨ ਕਰਤਾ ਤੇ ਉਹਨੇ ਅੱਛਾ ਚਲ ਵਧੀਆ ਹੋ ਗਿਆ ਜਵਾਕ ਵਗ ਗਿਆ ਹੋਰ 에ਅਰਪੋਰਟ ਤੋਂ ਲੈ ਗਏ ਤੇ ਉਹਦੇ ਨਾਲ ਦੇ ਹਾਂ ਕਹਿੰਦੇ ਪੜਦੇ ਪੜਦੇ ਹੋਣਗੇ ਇਕੱਠੇ ਕਹਿੰਦੀ ਭੈਣ ਹੈਗੇ ਨੇ ਕਹਿੰਦੀ ਗਏ ਹੋ ਪਹਿਲਾਂ ਉਹ ਲੈ ਗਏ ਚਲ ਵਧੀਆ ਹੈ ਇਕੱਠੇ ਮੁੰਡੇ ਖੁੰਡੇ ਰਹਿ ਜਾਣਗੇ ਨਾ ਵਧੀਆ ਉਹੀ ਕਿੱਦਾਂ ਦੇ ਫੋਨ ਕਰੀ ਜਾਂਦੇ ਤੇ ਇਹਨੂੰ ਆ ਜਾ ਆ ਜਾ ਬਾਕੀ ਦੇ ਹਾਣੀ ਨੂੰ ਹਾਣ ਪਿਆਰਾ ਹੁੰਦਾ ਹੋਰ ਹੋਰ ਜਦੋਂ ਇੱਕ ਵਗ ਗਿਆ ਫਿਰ ਹੋ ਜਾਂਦੇ ਦੂਜੇ ਨੂੰ ਮੈਂ ਵੀ ਜਾਵਾਂ ਹੋਰ ਐ ਹੋ ਜਾਂਦਾ ਇਹ ਵੀ ਵਗ ਗਏ ਰੋਜ਼ ਫੋਨ ਨਾਲ ਤੇ ਗੱਲਾਂ ਹੁੰਦੀਆਂ ਨੇ ਹੈਗੀਆਂ ਵੀ ਮੈਂ ਤਾਂ ਰਹਿ ਗਿਆ ਹੁੰਦੇ ਨੇ ਬਾਕੀ ਫਿਰ ਜਦੋਂ ਹੋਰ ਫੋਟੋਆਂ ਦੇਖ ਕੇ ਤਾਂ ਜਮੀ ਮਨ ਲੜ ਚਾਉਂਦੇ ਨੇ ਹਾਂ ਵੀ ਛੇਤੀ ਚੱਲੀ ਗਈ ਛੇਤੀ ਚੱਲੀ ਗਈ ਪਤਾ ਨਹੀਂ ਕੀ ਹੋ ਗਿਆ ਬਾਈ ਇਹਨੂੰ ਅਸੀਂ ਝਾਕੀ ਜਾਊਗੀ ਕਮਲੇ ਵਾਂਗੂ ਕਦੇ ਕਹੂ ਗਿਆ ਮਨੀ ਮੇਰੇ ਕੋਲ ਬੈਠਾ ਇਹ ਮੈਨੂੰ ਬੁਲਾਉਂਦਾ ਨਹੀਂ ਇਹਨੂੰ ਕਹਿ ਮੈਨੂੰ ਬੁਲਾਵੇ ਕਦੇ ਕਹੂ ਮੇਰਾ ਪੁੱਤ ਭੁੱਖਾ ਸੌਂ ਗਿਆ ਕਦੇ ਕਹੂ ਆਪਣੇ ਕੋਲ ਹੀ ਬੈਠਾ ਬਾਈ ਮੈਨੂੰ ਤਾਂ ਐਂ ਲੱਗਦਾ ਇਹ ਤਾਂ ਨਾ ਕਸਰ ਆ ਗਈ ਹੋਰ ਮੈਨੂੰ ਤਾਂ ਆਪਾਂ ਹੀ ਐਂ ਲੱਗਦਾ ਮੈਨੂੰ ਹੁਣ ਪੁੱਛੀ ਜਾਂਦੀ ਸੀ ਕਹਿੰਦੀ ਮਨੀ ਨੂੰ ਲੈ ਕੇ ਆਈ ਨਹੀਂ ਤੂੰ ਮੈਨੂੰ ਲੱਗਦਾ ਭਾਈ ਇਹ ਤਾਂ ਮੁੰਡੇ ਦਾ ਵਿਛੋੜਾ ਦਿਲ ਤੇ ਲਾ ਬੈਠੀ ਹਾਂ ਹਾਂ ਸਹੀ ਗੱਲ ਹੈ ਡਿਪਰੈਸ਼ਨ ਲੈ ਗਈ ਇਹ ਤਾਂ ਬਾਈ ਯਾਰ ਲੋਕ ਕਿੱਥੇ ਜਰਦੇ ਨੇ ਅਗਲਾ ਕਹਿੰਦਾ ਵੀ ਇਹਨਾਂ ਦਾ ਇਕੱਲਾ ਇਕੱਲਾ ਮੁੰਡਾ ਸੀ ਬਾਹਰ ਵਗ ਗਿਆ ਉਹ ਹੈ ਸੌ ਸਕੀਮਾਂ ਲਾਉਂਦੇ ਆ ਲੋਕ ਕਿਸੇ ਨੇ ਕੁਛ ਕਰਾਤਾ ਹੂ ਹਾਂ ਸਹੀ ਗੱਲ ਹੈ ਪੁੱਤ ਇਹ ਤਾਂ ਚੰਗੀ ਭਲੀ ਤੀ ਇਹਨੂੰ ਕਿਸੇ ਨੇ ਕੁਛ ਕਰਾਈ ਹੈ ਪੁੱਤ ਅੱਜ ਕੱਲ੍ਹ ਲੋਕ ਮੱਚਦੇ ਵਾਲੇ ਨੇ ਆਪਾਂ ਇਹਨੂੰ ਕਿਸੇ ਸਿਆਣੇ ਕੋਲੇ ਲੈ ਕੇ ਚੱਲਾਂਗੇ ਕਿੱਥੇ ਜਾਣਾ ਬੇਬੇ ਆਪਾਂ ਆਪਾਂ ਪੁੱਤ ਬਾਬੇ ਕੋਲੇ ਚੱਲਾਂਗੇ ਤੂੰ ਜਮਾਂ ਠੀਕ ਹੋ ਜਾਏਗੀ ਪੁੱਤ ਠੀਕ ਕਰ ਦੂਗਾ ਤੈਨੂੰ ਬਾਬਾ ਆਪਣਾ ਮਨੀ ਬਾਬੇ ਕੋਲੇ ਬੈਠਾ ਹਾਂ ਹਾਂ ਉੱਥੇ ਬੈਠਾ ਬੇਬੇ ਕਰਾਂ ਫਿਰ ਮੈਂ ਪਤਾ ਕੋਈ ਸਿਆਣੇ ਦਾ ਜੇ ਕੋਈ ਮਿਲ ਜੇ ਹੋਰ ਪੁੱਤ ਕਰਨਾ ਹੀ ਪਊ ਉਹ ਤਾਂ ਮੇਰੇ ਹਿਸਾਬ ਨਾਲ ਤਾਂ ਕਿਸੇ ਦਿਮਾਗ ਵਾਲੇ ਡਾਕਟਰ ਕੋਲੇ ਚੱਲਦੇ ਆ ਵਿੰਦਰ ਆਪਾਂ ਨਾ ਨਾ ਬਾਈ ਦਿਮਾਗ ਵਾਲਾ ਡਾਕਟਰ ਕੀ ਕਰੂ ਯਾਰ ਇਹ ਤਾਂ ਸਾਫ ਹੀ ਪਤਾ ਲੱਗਦਾ ਜਮੀ ਵੀ ਇਹ ਕਿਸੇ ਦਾ ਕੀਤਾ ਕਰਾਇਆ ਇਹ ਤੇ ਕੁਛ ਕੰਮ ਨਹੀਂ ਤਾਂ ਕਰਿਆ ਪਿਆ ਇਹਨੂੰ ਜਮਾ ਹੋਰ ਪੁੱਤ ਕਰ ਫਿਰ ਕਿਸੇ ਸਿਆਣੇ ਦਾ ਪਤਾ ਹਾਂ ਹਾਂ ਕੋਈ ਨਾ ਬੇਬੇ ਕਰਦਾ ਪਤਾ ਚਲੋ ਤੁਹਾਡੀ ਮਰਜ਼ੀ ਹੈ ਭਾਈ ਹੋਰ ਯਾਰ ਐਵੇਂ ਸਿਆਣਿਆਂ ਕੋਲੇ ਲਈ ਫਿਰਦੇ ਨੇ ਉਹਨੂੰ ਮੈਂ ਕਿਹਾ ਇਹਦੇ ਮੁੰਡੇ ਦੀ ਰੇਲ ਚੜ ਗਈ ਮੁੰਡਾ ਦੂਰ ਵੱਗ ਗਿਆ ਇਥੋਂ ਸਹੀ ਗੱਲ ਹੈ ਡਿਪਰੈਸ਼ਨ ਚ ਵੱਗ ਗਈ ਮੈਂ ਕਿਹਾ ਇਹ ਹੋਰ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਡਾਕਟਰ ਦੀ ਲੋੜ ਹੈ ਮੈਂ ਕਿਹਾ ਇਹਨੂੰ ਹੁਣ ਦੂਰ ਕਰਨੇ ਕਿਹੜਾ ਜਵਾਕ ਸੌਖੇ ਪਏ ਨੇ ਹੋਰ ਮੈਂ ਵੀ ਵਿੰਦਰ ਬਾਈ ਨੂੰ ਕਿਹਾ ਤੀ ਪਰ ਗੱਲ ਹੀ ਨਹੀਂ ਮੰਨਦੇ ਹੈਗੇ ਕਿਸੇ ਦੀ ਵੀ ਤੂੰ ਤਾਂ ਪੜਿਆ ਲਿਖਿਆਗਾ ਉਵੇਂ ਬੇਬੇ ਦੇ ਮਗਰ ਲੱਗ ਰਹੇ ਨੇ ਸੌਕਾ ਵੱਧ ਹੋ ਜੂਗੀ ਭੈਣਾ ਹੋਰ ਹੁਣ ਵੱਧ ਤਾਂ ਵਧਾ ਲੈਣਗੇ ਹੋਰ ਵੱਧਾ ਨਹੀਂ ਵਧਾ ਲੈਣਗੇ ਕੋਈ ਕੋਈ ਵਹਿਮ ਪਾ ਦੂ ਕੋਈ ਕੋਈ ਵਹਿਮ ਪਾ ਦੂਗਾ ਵਹਿਮਾਂ ਭਰਮਾਂ ਚ ਪਾਈ ਫਿਰਨਗੇ ਜਿੰਨੇ ਕੋਈ ਲੋਕ ਉਨੀਆਂ ਗੱਲਾਂ ਕੋਈ ਕਿਸੇ ਪਾਸੇ ਨੂੰ ਕੋਈ ਕਿਸੇ ਪਾਸੇ ਨੂੰ ਸਿੱਧਾ ਵੀ ਤੁਸੀਂ ਡਾਕਟਰ ਨੂੰ ਦਿਖਾਓ ਭਾਈ ਦਿਮਾਗ ਵਾਲੇ ਨੂੰ ਵੀ ਆਹ ਗੱਲਬਾਤ ਹੈ ਸਾਰੀ ਗੱਲ ਉਹਨੂੰ ਦੱਸੋ ਹੋਰ ਹੈ ਉਹ ਆਪੀ ਇਸ ਨੂੰ ਇਲਾਜ ਕਰੂਗਾ ਹਾਂ ਸਿਆਣਿਆਂ ਸੱਪਿਆਂ 'ਚ ਦੱਸ ਕੀ ਕੱਢੋਗੇ ਤੁਸੀਂ ਜਾ ਕੇ ਨਾਲੇ ਘਰ ਲੁੱਟ ਲੈਣਗੇ ਘਰ ਲੁੱਟ ਲੈਣਗੇ ਨਾਲੇ ਹੋਰ ਵਾਧਾ ਵਧੀ ਜਾਊਗਾ ਕਿੰਨੇ ਘਰ ਤਾਂ ਬਰਬਾਦ ਹੋਏ ਨੇ ਜਦੋਂ ਹਰੇਕ ਅੰਗ ਦੀ ਬਿਮਾਰੀ ਹੁੰਦੀ ਹੈ ਜਿਵੇਂ ਦਿਮਾਗ ਦੀ ਬਿਮਾਰੀ ਹੁੰਦੀ ਹੈ ਇਹਦੀ ਬਿਮਾਰੀ ਨੂੰ ਕੋਈ ਮੰਨਦਾ ਹੀ ਨਹੀਂ ਮੈਂ ਤਾਂ ਹੈਰਾਨ ਹਾਂ ਦਿਮਾਗ ਦੀ ਬਿਮਾਰੀ ਨੂੰ ਬਿਮਾਰੀ ਨਹੀਂ ਸਮਝਦਾ ਨਾ ਬਿਮਾਰ ਨਹੀਂ ਸਮਝਦਾ ਇੱਕ ਬਿਸ਼ਰਮੀ ਵੀ ਬੰਦਾ ਹੈ ਟੈਨਸ਼ਨ ਦੀ ਬੰਦਾ ਹਾਂ ਜੇ ਟੈਨਸ਼ਨ ਕਹਿੰਦੇ ਤਾਂ ਬਿਸ਼ਰਮੀ ਮੰਨਦਾ ਹੈ ਟੈਨਸ਼ਨ ਅੱਜ ਕੱਲ ਹਰੇਕ ਨੂੰ ਬੱਚੇ ਨੂੰ ਕੀ ਵੱਡੇ ਨੂੰ ਕੀ ਛੋਟੇ ਨੂੰ ਹਰੇਕ ਨੂੰ ਹੈ ਇਹ ਚ ਸ਼ਰਮ ਵਾਲੀ ਕੀ ਗੱਲ ਸ਼ਰਮ ਵਾਲੀ ਕਿਹੜੀ ਗੱਲ ਹੈ ਅੰਗ ਹੈ ਵੀ ਮੇਨ ਅੰਗ ਹੈ ਇਹਦੀ ਦਵਾਈ ਲੈ ਲਓ ਤੁਸੀਂ ਤਾਂ ਹੀ ਤਾਂ ਕੈਨੇਡਾ ਅਮਰੀਕਾ ਚ ਉਹਦੀ ਜਵਾਕਾਂ ਨੂੰ ਲੈ ਕੇ ਵਗ ਜਾਂਦੇ ਨੇ ਡਾਕਟਰਾਂ ਕੋਲੇ ਜੇ ਮਾੜੀ ਜੀ ਮੈਨੂੰ ਕੀ ਪ੍ਰੋਬਲਮ ਹੈ ਕਰਦਾ ਕੋਈ ਗਲਤੀ ਕਰਦਾ ਜਾਂ ਕੁਝ ਦੀਂਦੀ ਹੈ ਹੋਰ ਹਰਕਤ ਕਰੀ
ਆਹੀ ਤਾਂ ਬੰਗਾ ਇੱਥੇ ਤਾਂ ਫਿਰ ਟੈਨਸ਼ਨ ਨੂੰ ਐ ਸਮਝਦੇ ਨੇ ਕੋਈ ਬੇਇੱਜ਼ਤੀ ਵਾਲੀ ਗੱਲ ਹੈ ਫਿਰ ਕੀ ਹੋ ਗਿਆ ਲੈ ਕਿਹੜੀ ਗੱਲ ਹੈ ਤਾਂ ਹੀ ਤਾਂ ਕਹਿੰਦੇ ਤੁਸੀਂ ਦੱਸੋ ਸਾਰੀ ਗੱਲਬਾਤ ਭਾਈ ਵੀ ਐ ਕਰਕੇ ਮੁੰਡਾ ਗਿਆ ਮੁੰਡੇ ਤਾਂ ਇਹ ਕਰਦੀ ਸਾਰੀ ਗੱਲ ਦੱਸਣੀ ਚਾਹੀਦੀ ਡਾਕਟਰ ਨੂੰ ਸਾਰੀ ਗੱਲ ਦੱਸੇ ਸਮਝ ਆ ਜਾਂਦੀ ਹੈ ਗੱਲ ਆਉਂਦੀ ਹੈ ਹੁਣ ਹੋਰ ਡਾਕਟਰ ਵੀ ਅੱਧੇ ਰੰਬ ਹੁੰਦੇ ਨੇ ਕਰੀ ਹੁੰਦੀ ਹੈ ਫਿਰ ਦੇ ਰੋ ਸਿਆਣਿਆਂ ਖਿਆਣਿਆਂ ਨੇ ਕਿੱਥੇ ਪੜਾਈ ਕਰੀ ਹੈ ਇਹਨਾਂ ਨੇ ਤਾਂ ਤੀਰ ਤੁੱਕੇ ਲਾਉਣੇ ਨੇਗੇ ਐਂ ਬਸ ਸਹੀ ਗੱਲ ਹੈ ਮਾਨਸਾ ਤੇ ਦਵਾ ਦਨੇ ਆ ਮਾਨਸਾ ਡਾਕਟਰ ਬਥੇਰਾ ਵਧੀਆ ਦਾ ਜੇ ਮੰਨਣ ਫੇਰ ਹੀ ਹੈ ਬੂਮੇ ਮਰ ਜਾ ਤੁਸੀਂ ਭੈਣ ਦੀ ਆ ਕੀ ਹਾਲਤ ਬਣਾ ਛੱਡੀ ਹੈ ਬਾਈ ਤੁਸੀਂ ਇਹਨੂੰ ਬੰਨੇ ਕਿਉਂ ਐ ਕੀ ਕਰੀਏ ਭੈਣ ਇਹ ਤਾਂ ਛਿੜਾ ਛਿੜਾ ਕੇ ਬਾਹਰ ਨੂੰ ਭੱਜਦੀ ਹੈਗੀ ਅਗੇ ਮੈਂ ਤਾਂ ਮਣੀ ਕੋਲ ਜਾਣਾ ਮਣੀ ਕਿਧਰੋਂ ਭੱਗ ਗਿਆ ਖੋਲ ਦੋ ਮੈਨੂੰ ਕੰਜਰੋ ਬੰਨੇ ਕਿਉਂ ਮੈਨੂੰ ਖੋਲ ਦੋ ਲੈ ਦੇਖ ਲੈ ਭੈਣ ਦੇਖ ਲੈ ਤੇਰੇ ਸਾਹਮਣੇ ਹੁਣ ਤਾਂ ਬਾਲਾ ਜ਼ਿਆਦਾ ਦੁਖੀ ਕਰਿਆ ਭੈਣ ਤਾਂ ਸਾਨੂੰ ਪਤਾ ਨਹੀਂ ਇਹਨੂੰ ਹੋ ਕੀ ਗਿਆ ਸਹੀ ਗੱਲ ਐ ਐਨੇ ਸਿਆਣਿਆਂ ਕੋਲੇ ਬਾਗੇ ਮਰ ਜਾਣਾ ਕੋਈ ਸਿਆਣਾ ਵੀ ਨਹੀਂ ਚੱਜ ਦਾ ਮਿਲਿਆ ਬੇਬੇ ਦਫਾ ਕਰੋ ਭਲਾ ਸਿਆਣਾ ਸੁਣਿਆ ਨੂੰ ਬਾਈ ਤੂੰ ਮੇਰੀ ਗੱਲ ਮੰਨੇਗਾ ਇੱਕ ਮੇਰੀ ਗੱਲ ਮੰਨ ਲੈ ਜੇ ਆਪਾਂ ਇਹਨੂੰ ਲੋਟ ਕਰਾਉਣਾ ਆਪਾਂ ਦਿਮਾਗ ਆਏ ਡਾਕਟਰ ਦਿਖਾ ਦਿੰਦੇ ਆ ਬਾਈ ਮਾਨਸ ਹੈਗਾ ਪੁੜਕੋਲੇ ਆ ਡਾਕਟਰ ਗੋਲ ਡਾਕਟਰ ਬਹੁਤ ਵਧੀਆ ਹੈਗਾ ਉਹੀ ਤਾਂ ਗੱਲ ਹੈ ਯਾਰ ਇਹ ਕਿਹੜਾ ਅੱਖੇ ਲੱਗਦੇ ਨੇ ਨਹੀਂ ਬਾਈ ਤੈਨੂੰ ਸਾਡੇ ਅੱਖੇ ਲੱਗਣਾ ਪਊਗਾ ਹੁਣ ਅਸੀਂ ਧੱਕੇ ਨਾਲ ਲੈ ਕੇ ਜਾਵਾਂਗੇ ਪੰਮੀ ਨੂੰ ਜੇ ਤੈਨੂੰ ਅੱਖੇ ਨਾ ਲੱਗਿਆ ਫਿਰ ਹੋਰ ਲੈ ਚੱਲਦੇ ਆ ਬਾਈ ਲੈ ਇਹ ਕੋ ਗੱਲ ਹੋਈ ਹੈ ਕਿ ਸਿਆਣਿਆਂ ਕੋਲੇ ਗਏ ਤੇ ਸਿਆਣਿਆਂ ਕੋਲੇ ਗਏ ਤੇ ਇਹ ਪਹਿਲੇ ਨਹੀਂ ਮੈਂ ਪਿੱਟਿਆ ਤੇ ਉਦੋਂ ਚਲ ਕੋਈ ਗੱਲ ਨਹੀਂ ਭੈਣੇ ਫਿਰ ਦੇਖਦੇ ਆਂ ਵਕਤ ਚੱਲਾਂਗੇ ਆਪਾਂ ਲੈ ਚੱਲਾਂਗੇ ਇਹਨੂੰ ਦੇਖਦੇ ਕੀ ਆ ਯਾਰ ਹੁਣੀ ਚੱਲੀਏ ਆਪਾਂ ਹੋਰ ਤੂੰ ਕਿਸੇ ਗੱਡੀ ਆਏ ਨੂੰ ਫੋਨ ਕਰ ਬਈ ਤੂੰ ਕਰ ਕਿਤੇ ਕਰ ਗੱਡੀ ਆਏ ਨੂੰ ਫੋਨ ਹੁਣੀ ਜਾਂਦੇ ਆਸੀਂ ਨਾਲ ਕਰ ਲੈ ਪਹਿਲਾਂ ਤਾਂ ਖੋਲ ਉਹਨੂੰ ਜਾ ਇਹ 10 15 ਦਿਨਾਂ ਚ ਹੀ ਲੋਟ ਆ ਜੂਗੀ ਹੋਰ ਇਹ ਬੰਨੇ ਬਣਾ ਕੋਈ ਨਾ ਬਸ ਬਸ ਭੈਣੇ ਤੂੰ ਖੋਲ ਦੇ ਤੂੰ ਖੋਲ ਬੰਨੇ ਲੱਕੇ ਮੈਨੂੰ ਉੜੀ ਐ ਇੱਕ ਤਾਂ ਹੁਣ ਕੰਮ ਨਹੀਂ ਮਿਲਦਾ ਉਧਰ ਆ ਠੰਡ ਕਰਕੇ ਕਹਿੰਦੇ ਨੇ ਕੰਮ ਘੱਟ ਮਿਲਦਾ ਜੇ ਠੰਡ ਘਟੀ ਫੇਰ ਕੰਮ ਮਿਲੂਗਾ ਬਰਫ਼ 'ਚ ਤਾਂ ਲੋਕ ਫਿਰ ਘਰੋਂ ਇਹਨੇ ਨਿਕਲਦੇ ਕੰਮ ਵੀ ਕਿੱਥੋਂ ਹੋਣ ਇਹ ਵੀ ਗੱਲ ਹੁੰਦੀ ਹੈ ਨਾ ਹੌਲੀ ਹੌਲੀ ਹੋ ਜਾਊਗਾ ਠੀਕ ਹਾਂ ਬਸ ਅੱਗੇ ਅੱਗੇ ਲੈ ਭੈਣੇ ਦੁੱਧ ਪੀ ਲੈ ਲੈ ਭੈਣੇ ਕਿੰਨੂ ਖਾ ਲੈ ਜੇ ਹੋਰ ਭੁੱਖ ਲੱਗੀ ਦੱਸ ਦੀ ਜਗ੍ਹਾ ਥੋੜਾ ਹੋਇਆ ਹਾਂ ਇਹਨੇ ਇਹ ਖਾ ਲੈ ਮੈਨੂੰ ਤਾਂ ਐਂ ਲੱਗਣ ਲੱਗ ਗਿਆ ਸੀ ਮੈਂ ਪਤਾ ਨਹੀਂ ਠੀਕ ਹੋਊਗੀ ਕਿ ਨਾ ਇਹ ਤਾਂ ਤੁਸੀਂ ਬੜਾ ਵਧੀਆ ਕਰਿਆ ਬਾਈ ਜਿਹੜਾ ਸਾਨੂੰ ਤੁਸੀਂ ਧੱਕੇ ਨਾਲ ਡਾਕਟਰ ਦੇ ਲੈ ਗਏ ਪਤਾ ਸੀ ਸਾਨੂੰ ਮੈਂ ਕਿਹਾ ਭੈਣ ਨੇ ਠੀਕ ਡਾਕਟਰ ਤੋਂ ਹੀ ਹੋਣਾ ਸਿਆਣਿਆਂ ਕੋਲੇ ਕੀ ਹੁੰਦਾ ਇਹ ਤਾਂ ਐਵੇਂ ਵਹਿਮਾਂ ਭਰਮਾਂ 'ਚ ਪਾਉਂਦੇ ਲੋਕਾਂ ਨੂੰ ਇਹਨਾਂ ਤੋਂ ਕੀ ਹੋਣਾ ਸਾਲੇ ਇਹ ਤਾਂ ਵਹਿਮ ਭਰਮ ਫੈਲਾਉਂਦੇ ਨੇ ਇਹਨਾਂ ਦੇ ਬੰਦੇ ਛੱਡੇ ਹੁੰਦੇ ਨੇ ਅਸਲ 'ਚ ਬੱਸਾਂ ਬੁੱਸਾਂ 'ਚ ਨਾ ਇਹਨਾਂ ਦੇ ਛੱਡੇ ਹੁੰਦੇ ਨੇ ਬੰਦੇ ਜਿੱਥੇ ਪ੍ਰਚਾਰ ਕਰਦੇ ਨੇ ਫਲਾਨੇ ਥਾਂ ਤੋਂ ਮੈਂ ਠੀਕ ਹੋ ਗਿਆ ਉਹ ਸਾਰੀ ਇਹਨਾਂ ਦੀ ਗਿਣੀ ਮਥੀ ਹੁੰਦੀ ਹੈ ਹੋਰ ਹੋਰ ਉੱਥੇ ਸੁਣ ਲੈਂਦੀਆਂ ਬੜੀਆਂ ਹਾਂ ਅੱਗੇ ਦੀ ਅੱਗੇ ਫਿਰ ਦੱਸਦੇ ਰਹਿੰਦੇ ਨੇ ਕਿਹਾ ਪ੍ਰਚਾਰ ਹੁੰਦਾ ਫਿਰ ਉਹਨਾਂ ਦਾ ਇਹਨਾਂ ਨੇ ਛੱਡੇ ਹੁੰਦੇ ਨੇ ਚੇਲੇ ਪਾਲ ਕਰਦੇ ਫਿਰ ਸਪੱਤੀ ਦਿੰਦੇ ਆ ਜਿਨ੍ਹਾਂ ਨੂੰ ਸਹੀ ਗੱਲ ਹੈ ਤਾਂ ਹੀ ਤਾਂ ਲੈ ਜਾਂਦੇ ਨੇ ਜੇ ਕੋਈ ਕਹਿੰਦੇ ਮੇਰੇ ਨਾਲ ਵਗ ਚੱਲੇਗਾ ਭੱਜ ਕੇ ਜਾਣਗੇ ਹਿੱਸਾ ਕਰਿਆ ਹੁੰਦਾ ਇਹਨਾਂ ਦਾ ਅੱਧੋ ਦੀ ਦਾ ਵੀ ਤੂੰ ਇੰਨੇ ਮੰਗ ਲਈਏ ਤੂੰ ਬਾਲੀ ਔਖੀ ਸੀ ਬਾਈ ਮੈਂ ਤਾਂ ਮੈਨੂੰ ਪਤਾ ਜਿਹੜੀ ਮੇਰੇ ਨਾਲ ਬੀਤੀ ਹੈ ਮੈਨੂੰ ਤਾਂ ਨਾ ਐਂ ਲੱਗਦਾ ਸੀ ਜਿਵੇਂ ਮੇਰੇ ਸਿਰ 'ਤੇ ਨਾ ਕਿਸੇ ਨੇ ਵੱਡਾ ਸਾਰਾ ਪੱਥਰ ਧਰਤਾ ਹੋਵੇ ਐਂ ਜੀ ਕਰਦਾ ਸੀ ਕਦੇ ਕਦੇ ਤਾਂ ਵੀ ਕਿਸੇ ਖੂਹ ਟੋਬੇ 'ਚ ਛਾਲ ਮਾਰ ਕੇ ਮਰ ਜਾ ਲੈ ਐਂ ਭੈਣੇ ਤੈਨੂੰ ਮਾਰਨ ਦਿੰਦੇ ਤੁਸੀਂ ਸਹੀ ਗੱਲ ਹੈ ਸਾਡੇ ਤਾਂ ਪਿੰਡੋਂ ਬਾਲਿਆਂ ਨੇ ਦਵਾਈਆਂ ਖਾਧੀਆਂ ਨੇ ਭੈਣੇ ਇਹ ਡਾਕਟਰ ਕੋਲੋਂ ਸਾਰੇ ਠੀਕ ਹੋ ਗਏ ਸਾਨੂੰ ਤਾਂ ਪਤਾ ਤੀ ਇਹ ਕਰਨ ਦਾ ਦੇਖ ਬੇਬੇ ਆਪਾਂ ਸਾਰੇ ਜਣੇ ਬੈਠੇ ਹਾਂ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਮੈਨੂੰ ਕਹਿਣੀ ਵੀ ਚਾਹੀਦੀ ਹੈ ਇਹ ਗੱਲ ਆਪਾਂ ਸਾਰੀ ਉਮਰ ਭਾਬੀ ਨੂੰ ਬੁਰਾ ਭਲਾ ਕਿਹਾ ਇਹਨੂੰ ਸਾਰੀ ਉਮਰ ਬੁਰਾ ਬਣਾ ਕੇ ਰੱਖਿਆ ਪਰ ਇਹਨੇ ਜਿਹੜਾ ਅੱਜ ਮੇਰੇ ਵਾਸਤੇ ਕਰਿਆ ਨਾ ਮੇਰੀਆਂ ਅੱਖਾਂ ਖੁੱਲ ਗਈਆਂ ਮੈਨੂੰ ਬਚਾ ਤਾਂ ਇਹਨੇ ਪੂਰਾ ਇੱਕ ਮਹੀਨਾ ਹੋ ਗਿਆ ਸਾਨੂੰ ਉਰੇ ਬੈਠਿਆਂ ਨੂੰ ਜਿੰਨਾ ਇਹਨੇ ਮੇਰਾ ਖਿਆਲ ਰੱਖਿਆ ਇਹਨੇ ਮੇਰੀ ਸੇਵਾ ਕਰੀ ਹੈ ਮੈਂ ਕਹਿੰਦੀ ਹਾਂ ਜੇ ਮੇਰੀ ਸਕੀ ਭੈਣ ਵੀ ਹੁੰਦੀ ਨਾ ਕਰ ਨਹੀਂ ਸਕਦੀ ਸੀ ਮੇਰੇ ਕੋਲ ਸ਼ਬਦ ਨਹੀਂ ਹੈਗੇ ਭਾਬੀ ਮੈਂ ਕਿਹੜੇ ਸ਼ਬਦਾਂ ਨਾਲ ਤੇਰਾ ਧੰਨਵਾਦ ਕਰਾਂ ਜੇ ਹੋ ਸਕਿਆ ਤਾਂ ਮੈਨੂੰ ਮਾਫ਼ ਕਰ ਦੀ ਮੈਂ ਤੇਰੇ ਬਾਰੇ ਚੰਗਾ ਨਹੀਂ ਨਾ ਸੋਚਿਆ ਸੀ ਕਦੇ ਕੋਈ ਗੱਲ ਨਹੀਂ ਭੈਣੇ ਤੂੰ ਐਵੇਂ ਨਾ ਮਨ ਜਾ ਖਰਾਬ ਕਰ ਤੂੰ ਕੋਈ ਉੱਪਰੀ ਤੀ ਜਿਹੜਾ ਮੈਂ ਤੇਰਾ ਖਿਆਲ ਨਾ ਰੱਖਦੀ ਚੁੱਪ ਕਰ ਬਸ ਮੈਨੂੰ ਤਾਂ ਐਂ ਸਮਝ ਨਹੀਂ ਆਉਂਦੀ ਸੁਖਪਾਲ ਪੁੱਤ ਮੈਂ ਤੇਰੇ ਤੋਂ ਕਿਹੜੇ ਮੂੰਹ ਨਾਲ ਮਾਫ਼ੀ ਮੰਗਾਂ ਮੈਂ ਤਾਂ ਮਾਫ਼ੀ ਮੰਗਣ ਦੇ ਕਾਬਿਲ ਵੀ ਨਹੀਂ ਮੈਂ ਤਾਂ ਤੈਨੂੰ ਬਿਮਾਰ ਨੂੰ ਛੱਡ ਛੱਡ ਕੇ ਜਾਂਦੀ ਰਹੀ ਪੁੱਤ ਮੈਂ ਤਾਂ ਤੇਰੇ ਤੇ ਭੋਰੀ ਤਰਸ ਨਹੀਂ ਕਰਿਆ ਤੀ ਕਦੇ ਮੈਂ ਤਾਂ ਤੈਨੂੰ ਬਗਾਨੀ ਸਮਝਦੀ ਰਹੀ ਪਰ ਤੂੰ ਜਿਹੜਾ ਹੁਣ ਮੇਰੀਆਂ ਅੱਖਾਂ ਦੇ ਸਾਹਮਣੇ ਕਰਿਆ ਨਾ ਇਹ ਦੇਖ ਕੇ ਮੇਰੀਆਂ ਅੱਖਾਂ ਖੁੱਲ੍ਹ ਗਈਆਂ ਪੁੱਤ
ਮੈਨੂੰ ਮਾਫ ਕਰ ਦੇ ਪੁੱਤ, ਅੱਜ ਤੋਂ ਬਾਅਦ ਮੇਰੀ ਇੱਕ ਧੀ ਨਹੀਂ, ਤੁਸੀਂ ਦੋਏ ਧੀਆਂ ਹੋ ਮੇਰੀਆਂ। ਮੈਂ ਤੇ ਬੇਬੇ ਜਿਹੜਾ ਤੇਰੇ ਨਾਲ ਕਰਦੀਆਂ ਰਹੀਆਂ ਭਾਬੀ, ਜੇ ਤੇਰੀ ਥਾਂ ਤੇ ਕੋਈ ਹੋਰ ਹੁੰਦੀ ਨਾ ਅੰਦਰੋਂ ਅੰਦਰੀ ਖੁਸ਼ ਹੁੰਦੀ, ਤੇ ਉਹ ਐਂ ਕਹਿੰਦੀ ਵੀ ਪਰਮਾਤਮਾ ਇਹਨੂੰ ਐਂ ਰੱਖੇ। ਮਤਲਬ ਉਹਨੇ ਸੋਚਣਾ ਸੀ ਵੀ ਮੇਰਾ ਤਾਂ ਬਦਲਾ ਪੂਰਾ ਹੋ ਗਿਆ, ਪਰ ਭਾਬੀ ਜਿਹੜਾ ਬਦਲਾ ਤੂੰ ਲਿਆ ਨਾ ਮੇਰੇ ਤੋਂ, ਇਹ ਤਾਂ ਕੋਈ ਰੱਬ ਵਰਗੀ ਭਾਬੀ ਲੈ ਸਕਦੀ ਹੈ। ਸੱਚੀ ਭਾਬੀ ਤੂੰ ਤਾਂ ਰੱਬ ਦਾ ਰੂਪ ਹੈ। ਬਸ ਬਸ ਭੈਣੇ, ਤੂੰ ਮੈਨੂੰ ਇੰਨਾ ਨਾ ਫਲਾ, ਮੈਂ ਤਾਂ ਪਹਿਲੀ ਪਤਲੀ ਹੋਣ ਨੂੰ ਫਿਰਦੀ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ, ਸਲਾਮ ਆਦਾਬ, ਨਮਸਕਾਰ। ਤੁਸੀਂ ਜੁੜੇ ਹੋ ਪਿੰਡੂ ਬਿਰਸਾ ਦੇ ਨਾਲ। ਹੁਣ ਵਾਰੀ ਹੈ ਤੁਹਾਡੀ ਕਮੈਂਟ ਕਰਨ ਵਾਲਿਆਂ ਦੀ। ਜੋਤੀ ਜੰਮੂ, ਦੇਵਰਾਜ, ਜਿੰਦਲ ਗਿੱਦੜਵਾਹਾ, ਨਸੀਬ ਸ਼ਰਮਾ, ਬਾਲਿਆਂ ਵਾਲੀ ਪੱਤਰਕਾਰ, ਗਗਨਪ੍ਰੀਤ ਕੌਰ, ਸੁਖਵੀਰ ਸਿੰਘ, ਪਰਮਿੰਦਰ ਕੌਰ ਨਿਊਜ਼ੀਲੈਂਡ, ਕੁਲਵਿੰਦਰਜੀਤ, ਅਮਨਜੀਤ ਕੌਰ ਫੱਤਾ ਮਾਲੋਕਾ, ਸਰਬਜੀਤ ਕੌਰ ਭੰਗੂ, ਰੇਸ਼ਮ ਸਿੰਘ ਨੰਬਰਦਾਰ ਕੌਣੀ, ਅਸ਼ਮੀਤ ਸਿੰਘ, ਮੇਜਰ ਸਿੰਘ ਮਾਵੀ, ਮੁਖਤਿਆਰ ਸਿੰਘ ਢੀਂਡਸਾ USA, ਗੋਗੀ ਧਾਲੀਵਾਲ, ਮੋਨਾ, ਭੁਪਿੰਦਰ ਕੌਰ, ਰਾਮ ਪੁਕਾਰ ਮੰਡਲ ਨੇਪਾਲ। ਨੇਪਾਲ ਤੋਂ ਅੱਜ ਪਹਿਲਾਂ ਕਮੈਂਟ ਦੇਖਿਆ ਜੀ, ਨੇਪਾਲ 'ਚ ਵੀ ਵੀਡੀਓ ਦੇਖਦੇ ਕੋਈ। ਰਾਜ ਖੀਵਾ, ਮਾਨਸਾ, ਦੇਸਰਾਜ, ਮਨਿੰਦਰ ਖੋਖਰ, ਸ਼ੁਕਰੀਆ ਜੀ, ਮਿਹਰਬਾਨੀ ਜਿਹੜਾ ਤੁਸੀਂ ਐਪਰੀਸ਼ੀਏਟ ਕਰ ਰਹੇ ਹੋ। ਇਸੇ ਤਰ੍ਹਾਂ ਪਿਆਰ ਬਣਾਈ ਰੱਖਿਓ ਅਤੇ ਕਰਦੇ ਰਹੋ ਸੋਹਣੇ ਸੋਹਣੇ ਕਮੈਂਟ। ਵੀਡੀਓ ਵਧੀਆ ਤੋਂ ਵਧੀਆ ਤੁਹਾਡੇ ਵਾਸਤੇ ਆਉਂਦੀਆਂ ਰਹਿਣਗੀਆਂ। ਲਾਈਕ, ਸ਼ੇਅਰ ਐਂਡ ਕਮੈਂਟ ਕਰਨਾ ਨਾ ਭੁੱਲਿਆ ਕਰੋ। ਮਿਹਰਬਾਨੀ ਜੀ, ਰੱਬ ਰੱਖਾ। ਸ਼ੇਅਰ ਵੱਧ ਤੋਂ ਵੱਧ ਕਰਦਿਆ ਕਰੋ।